ਜ਼ਿੰਦਗੀ ਹੈ। ਬੰਦਾ ਸੋਚਦਾ ਹੈ ਕੰਟਰੋਲ ਉਹਦੇ ਹੱਥ 'ਚ ਹੈ, ਪਰ ਹੁੰਦਾ ਨਹੀਂ। ਪਰ ਵੀਰੇ ਦੱਸੋ ਤਾਂ ਸਹੀ ਕਿੱਥੇ ਜਾ ਰਹੇ ਹਾਂ? ਪਾਪਾਂ ਦਾ ਨਾਸ਼ ਕਰਨਾ ਕਿ ਪਾਪ ਕਰਨਾ? ਪਾਪੀ ਬਣ ਕੇ ਪਾਪਾਂ ਦਾ ਨਾਸ਼ ਕਰਨਾ ਪੈਣਾ ਬਾਈ। ਉਹ ਤੁਸੀਂ ਰਾਮਲੀਲਾ ਖੇਡਣ ਚੱਲੇ ਹੋ ਏ? ਸਿੱਧਾ ਕਹੋ, ਹੋਲੀ ਖੇਡਣ ਚੱਲੇ ਆ? ਜੇ ਆਪਾਂ ਨੂੰ ਸੱਚੀ ਮੁੱਚੀ ਰਾਮਲੀਲਾ 'ਚ ਰੋਲ ਮਿਲ ਜੇ, ਫੇਰ ਗਾਂਧੀ ਬਾਈ ਤੂੰ ਬਣ ਜੀ ਅਰਜਨ, ਸਿੱਧਾ ਤੀਰ ਨਿਸ਼ਾਨੇ ਤੇ। ਹਰੀ ਤੂੰ ਵੱਡਾ ਭਾਈ ਤੀਸਟਰ, ਯੋਗੇ ਨੂੰ ਬਣਾ ਦਾਂਗੇ ਭੀਮ, ਕਹਿੰਦੇ ਤੂੰ ਬਣ ਜੀ ਨਕਲਾ, ਤੇ ਰਹਿ ਗਿਆ ਸਾਹਦੇਵ ਉਹ ਮੈਂ ਜੀ। ਤੇ ਤੂੰ ਕੀ ਕਰੇਗਾ ਓਏ? ਤੂੰ ਰਹਿਣ ਦੀ, ਤੈਨੂੰ ਐਕਟਿੰਗ ਉਕਟਿੰਗ ਨਹੀਂ ਆਉਂਦੀ, ਤੂੰ ਤਾਂ ਐਕਟਰਾਂ ਨੂੰ ਪਿੱਛੇ ਪਾਣੀ ਪੂਣੀ ਪਿਆ ਜਾ ਕਰੀ। ਤੇਰੀ ਬੇਬੇ ਨੇ ਕੀ ਖਾ ਕੇ ਜੰਮਿਆ ਓਏ ਤੈਨੂੰ? ਮੈਨੂੰ ਬੋਰਨ ਵੀਟਾ? ਤੁਹਾਡੀ ਬੇਬੇ ਬੋਰਨ ਵੀਟਾ ਕੋਈ ਜ਼ਿਆਦਾ ਹੀ ਖਾਂਦੀ ਹੋ, ਜਿਹੜਾ ਤੇਰੇ ਵਰਗਾ ਸਾਇੰਟਿਸਟ ਜੰਮਤਾ। ਗੱਲ ਰਮਾਇਣ ਦੀ ਕਰੈਕਟਰ ਮਹਾਭਾਰਤ ਵਾਲੇ। ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਬਾਈ, ਮੈਂ ਤਾਂ ਪੂਰੀ ਰਮਾਇਣ ਸੁਣਾਤੀ। ਅੱਛਾ ਭੋਲੇ, ਅੱਜ ਪਹਿਲਾ ਰੰਗ ਤੂੰ ਲਾਉਣਾ। ਭੋਰਤੀ ਨਾ, ਮੈਂ ਡਰਦਾ। ਡਰਨਾ ਕਾਹਤੋਂ ਆ, ਕੁੱਤਾ ਬੰਦਾ ਉਹ। ਪਤਾ ਸਾਲੇ ਨੇ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰੀ ਆ? ਪਹਿਲਾਂ ਕੁੜੀਆਂ ਨੂੰ ਪੁਲਿਸ ਕੋਲ ਭੇਜਦਾ, ਵੀਡੀਓ ਬਣਾਉਂਦਾ, ਫਿਰ ਦੋਵੇਂ ਪਾਸੇ ਕਰਦਾ ਬਲੈਕਮੇਲ। ਬਿਨਾਂ ਮੁੱਠੇ ਦੇ ਵੀ ਕਦੇ ਤਲਵਾਰ ਚੱਲੀ ਆ ਬਾਈ। ਸਹੀ ਗੱਲ ਹੈ, ਆਪਣਾ ਹੱਥ ਹੀ ਵੜਦੀ ਹੈ। ਭੋਲੇ। ਹਾਂ ਬਾਈ। ਸੁਣਾ ਕੋਈ ਚੁਟਕਲਾ। ਚੁਟਕਲਾ? ਅਸਲੀ ਗੱਲ ਸੁਣੋ ਬਾਈ, ਜਿਹੜਾ ਆਪਣਾ ਬੁਰਜ ਵਾਲਾ ਜੋਰਾ ਚਾਚਾ ਨੀ, ਮੈਂ ਉਹਨੂੰ ਕਿਹੜਾ ਮਾਲ ਖਵਾਤਾ। ਬਾਅਦ 'ਚ ਪੁੱਛਿਆ, ਚਾਚਾ ਮਾਲ ਕਿਵੇਂ ਹੈ? ਅੱਗੋਂ ਪਤਾ ਕੀ ਕਹਿੰਦਾ? ਉਹ ਤਾਂ ਭਤੀਜ ਤੇਰੀ ਚਾਚੀ ਉਹ ਦੱਛੂ ਹੁਣ।
ਬੰਦਾ ਕੁੱਤੇ ਦਾ ਹੱਡ ਸੀ, ਉਹਨੂੰ ਸਮਝਾਇਆ ਪਰ ਉਹ ਟਲਿਆ ਨਹੀਂ, ਤਾਂ ਫਿਰ ਸਾਨੂੰ ਮਲੇਰਕੁੱਲੇ ਵਾਲਾ ਵਾਕਾ ਕਰਨਾ ਪਿਆ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਗਾਂਧੀ ਵੀਰ ਦੀ ਸਟੋਰੀ ਸੁਣਾ ਰਹੇ ਹੋ, ਮੈਨੂੰ ਵੀ ਸੁਣਾ ਦਿਓ। ਨਾਂ ਤਾਂ ਰੁਪਿੰਦਰ ਸਿੰਘ ਸੀ, ਜਨਮ ਤਰੀਕ 2 ਅਕਤੂਬਰ ਦੀ ਸੀ, ਤਾਂ ਹੀ ਗਾਂਧੀ ਕਹਿੰਦੇ ਸੀ। ਫੁੱਟਬਾਲ ਦਾ ਚੋਟੀ ਦਾ ਖਿਡਾਰੀ ਸੀ, ਇੰਟਰਨੈਸ਼ਨਲ ਲੈਵਲ 'ਤੇ ਖੇਡਣੀ ਚਾਹੁੰਦਾ ਸੀ, ਕੁਛ ਅਲੱਗ ਅਤੇ ਕੁਛ ਵੱਡਾ ਕਰਨ ਦਾ ਸੁਪਨਾ ਸੀ ਉਹਦਾ। ਦੁੱਧ ਤਾਂ ਪੀਦਾ ਹੁੰਦਾ, ਫੇਰ ਹੀ ਖੇਡੇਗਾ ਨਾ ਸਮਾਰ ਕੇ ਤੂੰ। ਲੈ ਫੜ ਪੀ ਲੈ। ਸ਼ਾਬਾਸ਼। ਹੁਣ ਤੂੰ ਮੈਨੂੰ ਆਏ ਦੱਸ ਵੀ ਖਾਣਾ ਕੀ ਹੈ। ਓ ਮਾਂ, ਜੋ ਮਰਜ਼ੀ ਦੇ ਦੇ, ਤੇਰੇ ਹੱਥਾਂ ਦਾ ਬਣਿਆ ਤਾਂ ਸਾਰਾ ਕੁਝ ਸਵਾਦ ਲੱਗਦਾ। ਨੀ ਮਾਂ ਸਦਕੇ, ਰੱਬ ਕਰੇ ਮੇਰੀ ਵੀ ਉਮਰ ਮੇਰੇ ਪੁੱਤ ਨੂੰ ਲੱਗ ਜੇ। ਮੇਰੇ ਸੋਹਣੇ ਬਣੇ 20, 21, 22, 23, 24, 25, 26। ਮੇਰਾ ਡੈਡੀ ਕਿੱਥੇ ਆਏ? ਅਰੇ ਹੈ ਨੀ ਜੀ, ਬਾਹਰ ਗਏ ਹੋਏ ਆ, ਸਵੇਰ ਤੱਕ ਆਉਣਗੇ। ਚੱਲ ਤੂੰ ਚੱਲ ਸਾਡੇ ਨਾਲ ਥਾਣੇ, ਜਿੱਥੇ ਆਊ ਤੈਨੂੰ ਲੈ ਜਾਊਗਾ ਥਾਣੇ ਤੋਂ। ਤੁਹਾਡੀ ਚੂੜੀ ਕਸਣੀ ਪਊਗੀ, ਤੁਸੀਂ ਸਮਝ ਕੇ ਰੱਖਿਆ ਹੋਏ। ਅਸੀਂ ਕੀ ਕੀਤਾ ਜੀ? ਲੱਗ ਜੂਗਾ ਪਤਾ ਕੀ ਕੀਤਾ। ਮਾਂ ਨੂੰ ਫੜ, ਲੈ ਚੱਲ ਨਾਲੇ। ਮੱਲਾ, ਕੀ ਨਾਂ ਤੇਰਾ? ਮੈਨੂੰ ਗਾਂਧੀ ਕਹਿੰਦੇ ਨੇ। ਗਾਂਧੀ? ਨਿੱਕੀ ਉਮਰੇ ਕਿਹੜੀਆਂ ਮੱਲਾਂ ਮਾਰੀਆਂ ਜਿਹੜਾ ਥਾਣੇ ਬੈਠਾ? ਉਹ ਕੁਛ ਨਹੀਂ ਕੁਛ ਨਹੀਂ, ਸ਼ਰੀਕਾ ਨਾਲ ਕੋਈ ਜ਼ਮੀਨ ਦਾ ਰੌਲਾ ਸੀ, ਬਾਪੂ ਘਰ ਨਹੀਂ ਸੀ, ਮੈਨੂੰ ਚੱਕ ਕੇ ਲੈ ਆਏ। ਹੋਰ ਸੁਣਾ ਕੋਈ ਨਵੀਂ ਤਾਜੀ। ਸਰਦਾਰ ਜੀ, ਤੁਸੀਂ ਦੁੱਖ ਦੀ ਰਗ 'ਤੇ ਹੱਥਾਂ ਰੱਖੋ, ਦੇਵਸਿਆਂ ਤਾਂ ਉਹ ਭੱਜਿਆ, ਨਿਆਈ ਵਾਲੀ ਪੈਲੀ 'ਤੇ ਗੂਠਾ ਪੱਕਾ, ਅਤੇ ਨਾਲੇ ਜਨਾਬ ਹੋਣਾ ਨੂੰ ਲੁਧਿਆਣੇ ਪਾਰਟੀ ਅਤੇ ਰੰਗਾ ਰੰਗ ਪ੍ਰੋਗਰਾਮ। ਕੀ ਕਹਿੰਦੇ? ਕੋਈ ਨਹੀਂ, ਕਰਦੇ ਹਾਂ ਤੇਰਾ ਕੰਮ, ਕਰਦਾਂਗੇ। ਚਲੋ ਠੀਕ ਹੈ ਸਰਦਾਰ ਜੀ, ਮੈਂ ਚੱਲਦਾ। ਚੱਲ ਠੀਕ ਹੈ। ਅੱਛਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਮੁਨਸ਼ੀ ਜੀ, ਜਨਾਬ ਲਿਆ ਤਾਂ ਕੱਢ ਕੇ ਰਸੂਲੜੇ ਵਾਲੇ ਨੂੰ। ਲਿਆ ਜਨਾਬ। ਚੱਲ ਆ ਵੀ ਕਾਕਾ, ਜਨਾਬ ਬੁਲਾਉਂਦੇ ਆ। ਕਿੱਥੇ ਆ ਤੇਰਾ ਠੱਗ ਪਿਓ ਜਿਹੜਾ ਸ਼ਰੀਕਾ ਦੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦਾ? ਮੇਰੇ ਪਿਓ ਨੂੰ ਠੱਗ ਨਾ ਕਹੋ ਜੀ। ਸੁਣਿਆ ਬੋਲਦਾ ਕਿਵੇਂ ਓਏ, ਬੋਲਦਾ ਕਿਵੇਂ ਤੂੰ? ਅੱਖਾਂ ਨੀਵੀਆਂ ਕਰ, ਮੈਂ ਤੈਨੂੰ ਕਿਹਾ ਅੱਖਾਂ ਨੀਵੀਆਂ ਕਰ, ਅੱਖਾਂ ਨੀਵੇ ਕਰ। ਸੋਹਣੇ ਨੀਵੀ ਨੀ ਕਰ, ਹੈਂ? ਅੱਖਾਂ ਨੀਵੀ ਕਰ, ਨੀਵੀ ਕਰ, ਨੀਵੀ ਕਰ, ਨੀਵੀ ਕਰ, ਕਰ ਨੀਵੀ ਅੱਖਾਂ। ਸੋਹਣੇ ਅੱਖਾਂ ਨੀਵੀ ਕਰ, ਨੀਵੀ ਕਰ, ਨੀਵੀ ਕਰ, ਨੀਵੀ ਕਰ, ਨੀਵੀ ਕਰ, ਅੱਖਾਂ ਨੀਵੀ ਕਰ। ਉਹ ਛੱਡ ਦੋ ਜਨਾਬ, ਜਵਾਕ ਹੈ ਜੀ। ਇਹ ਤੈਨੂੰ ਜਵਾਕ ਲੱਗਦਾ? ਸੋਹਣਾ ਅੱਕੜਦਾ ਕਿਵੇਂ ਆ? ਚਲਾ ਜਾ ਇਹਨੂੰ। ਇਹ ਘਟਨਾ ਉਹਦੇ ਲਈ ਜੱਬੇ ਬਣਨ ਲੱਗ ਗਿਓ ਤੱਬੇ ਰੁੱਸ ਜਾਗਿਓ ਵਾਲੀ ਗੱਲ ਸੀ। ਉਹ ਇਹ ਗੱਲ ਬਹੁਤ ਛੋਟੀ ਉਮਰ 'ਚ ਸਮਝ ਗਿਆ ਸੀ ਕਿ ਜੇ ਪਾਪ ਕਰਨਾ ਜ਼ੁਲਮ ਹੈ ਤਾਂ ਸਹਿਣਾ ਉਹ ਤੋਂ ਬਹੁਤ ਵੱਡਾ ਜ਼ੁਲਮ ਹੈ। ਅੱਜ ਹਮ ਟ੍ਰਾਂਸਲੇਸ਼ਨ ਕਰੇਂਗੇ, ਪੋਲਾ ਇਸ ਕੀ? ਮੈਡਮ ਪੋਲਾ ਨਹੀਂ ਜੀ, ਪੋਲਾ, ਥੋੜਾ ਜਿਹਾ ਭਰਕੇ ਜੇ ਹੋਣ ਦੋ। ਅੱਛਾ ਅੱਛਾ, ਜੋ ਵੀ ਹੈ ਇਸ ਕੀ ਇੰਗਲਿਸ਼ ਮੇਂ ਟ੍ਰਾਂਸਲੇਸ਼ਨ ਕਰੋ। ਪੂਜਾ 6 ਵਜੇ ਮੇਰੇ ਘਰ ਆਏਗੀ ਪੜ੍ਹਨੇ। ਜੱਟ ਦੇ ਤਾਂ ਭਾਗ ਹੀ ਖੁੱਲ ਗਏ।
पूजा ओ भी भोले करे बिरदा पढ़ ली। साइलेंस, आंसर दो। हां जी पूजा, कमिंग माय पिंड 6 बजे। इंग्लिश में कहो, इंग्लिश में। मैडम की लेना इंग्लिश तो, अगली 6 बजे घरे पहुंचाती जी बस। ओला पूजा नु फिरदा पहुंच गई करे। शट अप, बातें जितनी मर्जी करवा लो, पढ़ने को पता नहीं क्या हो जाता है। मैडम इंग्लिश दी ओ वारी हुंदा जी, बाकी सब्जेक्ट आई तो मैं धन धन करा देना। हां सतिंदर तुम बताओ। पूजा इज कमिंग। रहने दो। रुपिंदर तुम कहो। पूजा इज कमिंग टू माई होम एट 6 PM फॉर स्टडीज। ये तो सब ठीक है, लेकिन एग्जाम्स के टाइम तुम्हें क्या हो जाता है? पेपरों से नकल नहीं ना चलती जी। क्या बाजी, एवं पता नहीं लगता जी की हो जाता है। मैं मारिया ओए, तकलीफ है तेनू कोई? नाले तेरी कड़ा भैन लगती है। हट दस ना, तेनू बड़े आहो सड़िया मेरी भैन लगती। असी तां रोमी दी गल नूं गौलिया नहीं, पर गांधी कल्ला ही उन्हूं कंटीन ते अड़ीकन लग्या। वह देखना चाहुंदा सी कि रोमी दे तिलां च तेल किन्ना गा। ना हुण दस की तकलीफ है तैनूं? तकलीफ तां तैनूं लगदी है जिहड़ी ओह फौज लई फिरदा नाल। ज़्यादा ही हवा खराब होई लगदी है तेरी, बहुत घैंट समझदा अपने आप नूं। मैं तां कहानी खत्म करदा हुन्ना, शुरू कोई भी करे, नवीं कहानी नवां दी एंड। अच्छा पर आ जा। की हो रहा है? कुछ नहीं सर जी, इन्हें कुड़ी दे जहाज मारिया, मैं दे थप्पड़ मारिया, हुण तिंगड़िया फिरदा है। ना की है तेरा? रुपिंदर सिंह। रुपिंदर तू मेरे नाल चल, नाले बंदे बन जाओ, मैं थोनू दसा। चला किवें हो भाई? वधिया। की गल होगी? ਮੈਨੂੰ ਪਿੰਡੋਂ ਫੋਨ ਕਰਕੇ ਸੱਦਿਆ ਅੱਜ। ਕੱਲੇ ਤੇ ਬਾਈ ਤੇ ਹਵਾ ਕਰਦੇ ਸਾਲੇ। ਬਾਈ ਮੈਂ ਸੁਣਿਆ ਉਹਦੇ ਭਰਾ ਸ਼ਹਿਰ ਦੇ ਮੰਨੇ ਬਦਮਾਸ਼ ਆ। ਪਤਾ ਸਾਨੂੰ? ਫਿਰ ਤਾਂ ਸਕੀਮ ਲਾਉਣੀ ਪਊ। ਕੋਈ ਨਾ, ਸਕੀਮ ਵੀ ਲੱਗੀ ਪਈ ਹੈ। ਤੂੰ ਦੇਖ ਤਾਂ ਸਹੀ ਬਣਦਾ ਕੀ ਹੈ। ਬਚ ਗਿਆ ਸਾਲਾ ਅੱਜ। ਬਾਈ ਬੋਲਦਾ ਰਹੇ ਕਿਵੇਂ ਸੀਗਾ ਉਹ? ਉਹ ਕੋਈ ਨਾ, ਫਿਰ ਸਹੀ ਕਿਤੇ। ਕਹਿੰਦਾ ਟਾਈਮ ਬੰਨ ਲਓ, ਵੱਡਾ ਸੂਰਮਾ ਨਾ ਹੋਵੇ ਤਾਂ। ਟਾਈਮ ਬੰਨ ਲਓ। जीजा बोलता की सी? गलती होगी भाई। की बोलता सी? माफ कर दे भाई। हाँ? किथे तेरे नाल दे गुंडे भाई? गलती होगी। ਬੋਲੇ ਖੋਲ ਚੜ੍ਹ।
ਸਾਡੇ ਤੇ ਪਹਿਲੀ ਵਾਰੀ 26 ਤੇ 452 ਦਾ ਪਰਚਾ ਉਦੋਂ ਪਿਆ, ਪਰ ਪੇਪਰਾਂ ਤੋਂ ਪਹਿਲਾਂ ਹੀ ਰਾਜ਼ੀਨਾਮਾ ਹੋ ਗਿਆ। ਲੱਗੀ ਮੋਹਰ ਤੇ ਆ ਹੋ ਗਏ ਸੰਗੇਚਰ। ਚੱਕ ਬਾਈ, ਅਸਲੀ ਨੋਟ ਨੂੰ ਨਕਲੀ ਕਹਿ ਸਕਦੇ ਆ, ਭੋਲੇ ਦੇ ਆਈ ਕਾਰਡ ਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਲਾ ਦਿਮਾਗ ਲੁੰਬੜ ਵਾਲਾ, ਕਰਤੂਤਾਂ ਬਾਂਦਰ ਵਾਲੀਆਂ, ਸਮਝ ਨਹੀਂ ਆਉਂਦੀ ਤੈਨੂੰ ਕਹੀਏ ਕੀ ਯਾਰ। ਉਹ ਤੂੰ ਸੜਨਾ ਰੀਸ ਕਰਿਆ ਕਰ। ਲੈ ਬਾਈ, ਤੇਰੇ ਪਿੱਛੇ ਬਾਂਦਰ ਬਣ ਜਾ ਹੁਣ। ਹੈਂ, ਤੈਨੂੰ ਜਾਨਵਰਾਂ ਦੀ ਕੁਆਲਿਟੀ ਦਾ ਪਤਾ ਨਹੀਂ ਬਾਈ। ਕੀ ਕੁਆਲਿਟੀ ਹੈ ਜਾਨਵਰਾਂ 'ਚ ਦੱਸੀ? ਚੰਦ ਤੇ ਪਹਿਲੀ ਵਾਰੀ ਚਪੈਂਜੂ ਗਿਆ ਸੀ। ਮੈਂ ਤੈਨੂੰ ਭੇਜਾ ਮੰਗਲ ਤੇ। ਹੈਂ, ਸਮਝਾ ਯਾਰ ਬਾਈ ਇਹਨੂੰ। ਪਿੰਦਿਆ, ਕਾਹਨੂੰ ਇਹਦੇ ਨਾਲ ਮੱਥਾ ਮਾਰੀ ਜਾਂਦਾ? ਤੂੰ ਗੱਲਾਂ 'ਚ ਨਹੀਂ ਇਹ ਤੋਂ ਜਿੱਤ ਸਕਦਾ। ਸਾਰਿਆਂ ਨੂੰ ਕਿਹਾ ਕਿ ਆਈਡੀ ਕਾਰਡ ਆਪਣੇ ਟੇਬਲ ਤੇ ਰੱਖੋ। ਤੇਰਾ ਨਾਂ ਕੀ ਹੈ ਕਾਕਾ? ਰੁਪਿੰਦਰ ਸਿੰਘ। ਤੇ ਡੇਟ ਆਫ ਬਰਥ? 2 ਅਕਤੂਬਰ 1979। ਤੇਰੇ ਪਿੰਡ ਦਾ ਨਾਂ ਕੀ ਹੈ? ਰਸੂਲੜਾ। ਪਿਤਾ ਜੀ ਦਾ ਨਾਂ? ਸਰਦਾਰ ਹਰਦੇਵ ਸਿੰਘ। ਭੋਲਿਆ, ਬੜਾ ਟਾਈਮ ਲਾਤਾ ਯਾਰ ਉਹਨੇ ਪੇਪਰ ਦੇਣ 'ਚ। ਮੈਨੂੰ ਲੱਗਦਾ ਬਾਈ ਵੀ ਤੈਨੂੰ ਮੈਰਿਟ 'ਚ ਨਾ ਲਿਆ ਦੇਵੇ ਇਹ। ਪਤਾ ਨਹੀਂ ਸਾਲਾ ਕੀ ਰੰਗ ਲੱਗ ਜਾਊਗਾ ਯਾਰ। ਤੂੰ ਮੈਨੂੰ ਕਹਿੰਦਾ ਬਾਈ 5 ਮਿੰਟ 'ਚ ਪੇਪਰ ਦੇ ਕੇ ਆਉਂਦਾ, ਚਾਹੇ ਖਾਲੀ ਹੁੰਦਾ। ਹਾਂ, ਕਿਵੇਂ ਰਿਹਾ? ਅੱਜ ਤਾਂ ਬਈ ਜਮਾਂ ਫਸ ਗਏ ਸੀ। ਕੀ ਹੋ ਗਿਆ? ਸਾਲਾ ਆਈ ਕਾਰਡ ਤਾਂ ਐਂ ਚੈੱਕ ਕਰਦਾ ਜਿਵੇਂ ISI ਦਾ ਬੰਦਾ ਹਾਂ ਮੈਂ। ਮੈਂ ਤਾਂ ਟਾਈਮ ਨਾਲ ਹੀ ਆ ਗਿਆ। ਇਹ ਜਿਹੜੇ ਪ੍ਰੋਫੈਸਰ ਨੇ ਨਾ ਬੋਲਿਆ, ਇਹਦੇ ਵਰਗੇ ਇੰਟੈਲੀਜੈਂਟ ਬੰਦਿਆਂ ਨੂੰ ਬਹੁਤ ਯਾਰ ਤੰਗ ਕਰਦੇ ਨੇ। ਵੈਸੇ ਵੀ ਮਹਾਨ ਬੰਦਿਆਂ ਨੂੰ ਸ਼ੁਰੂ ਸ਼ੁਰੂ 'ਚ ਗਾਲਾਂ ਹੀ ਪੈਂਦੀਆਂ ਹੁੰਦੀਆਂ। ਸਾਲਾ ਮਹਾਨ ਦਾ, ਚੱਲ ਚੱਲੀਏ ਚਾਹ ਪੀਏ। ਚਲ ਬਈ, ਨਾਲੇ ਜਰਦਾ ਜੁਰਦਾ ਲਾਉਂਦੇ ਆ। ਸਾਲਾ ਜਰਦਾ ਜਰਦਾ ਕਰਦਾ ਰਹਿੰਦਾ, ਪੁੜੀ ਜਿੰਨਾ ਹੈਗਾ ਆ। ਹਰ ਚੂਨਾ ਵੱਡੇ ਵੱਡਿਆਂ ਨੂੰ ਲਾ ਜਾਂਦਾ। ਯਾਰ ਤੂੰ ਅਗਲਾ ਪੇਪਰ ਦੱਸ ਕਾਹਦਾ? ਬਈ ਜਿਹੜਾ ਪੇਪਰ ਦੇਣ ਵਾਲਾ ਉਹ ਤੂੰ ਦਿੰਦਾ ਨਹੀਂ। ਵੈਸੇ ਸਾਲਾ ਕੋਈ ਫਾਇਦਾ ਨਹੀਂ ਤੁਹਾਡਾ ਨਿਕੰਮੇ ਲੋਕਾਂ ਦਾ। ਅਗਲਾ ਫਿਜ਼ੀਕਲ ਦਾ ਪ੍ਰੈਕਟੀਕਲ ਹੈ। ਐਤਕੀ ਫੇਰ ਬੈਸਟ ਥਰੀਟ ਬਾਈ। ਬਾਈ ਉਹ ਤਾਂ ਫਿਰ ਹੈ ਹੀ, ਸਾਲੀ ਅੰਗਰੇਜ਼ੀ ਨਹੀਂ ਆਉਂਦੀ। ਫੁੱਟਬਾਲ ਦਾ ਮੈਚ ਤਾਂ ਆਪਣਾ ਭਾਵੇਂ ਬ੍ਰਾਜ਼ੀਲ ਦੀ ਟੀਮ ਨਾਲ ਕਰਾ ਦਿਓ, ਜੱਟ ਉੱਥੇ ਵੀ ਗੋਲ ਕਰ ਦੂ। ਬਾਈ ਜਿਹੜਾ ਗੋਲ ਕਰਨ ਵਾਲਾ ਉਹ ਤੂੰ ਕਰਦਾ ਨਹੀਂ। ਮੇਰੀ ਗੱਲ ਸੁਣੋ, ਜਬਲੀਆਂ ਨਾ ਮਾਰ। ਤੂੰ ਇੱਕ ਦਿਨ ਵੀ ਗਰਾਊਂਡ 'ਚ ਵੜਿਆ, ਤੈਨੂੰ ਨੈਸ਼ਨਲ ਦਾ ਸਰਟੀਫਿਕੇਟ ਲੈ ਕੇ ਦਿੱਤਾ ਮੈਂ। ਹਾਂ, ਇਹ ਤਾਂ ਹੈ। ਇਹ ਤਾਂ ਹੈ ਨਹੀਂ, ਇਹੀ ਹੈ। ਕਰਮਜੀਤ ਸਿੰਘ, ਚੱਲ ਲਵਪ੍ਰੀਤ, ਚੱਲ। ਪ੍ਰੋਫੈਸਰ ਸਾਹਿਬ ਜੀ, ਤੁਹਾਨੂੰ ਚੇਅਰਮੈਨ ਸਾਹਿਬ ਬੁਲਾ ਰਹੇ ਨੇ, ਕੋਈ ਜ਼ਰੂਰੀ ਕੰਮ ਹੈ। ਓਕੇ, ਫਸ ਗਏ ਬਾਈ। ਕੋਈ ਨਾ, ਰੁਪਿੰਦਰ ਸਿੰਘ। ਤਾਂ ਤੂੰ ਰੁਪਿੰਦਰ ਹੈ? ਹਾਂਜੀ। ਪਰਸੋਂ ਕਾਹਦਾ ਪੇਪਰ ਸੀ ਤੇਰਾ? ਇੰਗਲਿਸ਼ ਦਾ ਜੀ। ਕਿਹੜੇ ਰੂਮ 'ਚ? 307 ਨੰਬਰ 'ਚ ਜੀ। ਇਹ ਮੇਰੇ ਕੋਲ ਰਹਿਣ ਦੇ, ਸਾਈਡ 'ਤੇ ਖੜਾ ਹੋ ਜਾ, ਤੇਰੇ ਨਾਲ ਕਰਦਾ ਮੈਂ ਗੱਲ। ਹਾਂ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਕਦੇ ਸਤਿੰਦਰ, ਕਦੇ ਰੁਪਿੰਦਰ,
ਕਿੰਨੇ ਕੁ ਨਾਂ ਨੇ ਤੇਰੇ ਹੋਏ? ਕਿੰਨੇ ਕੁ ਪਿਓ ਨੇ ਤੇਰੇ? ਜਿੰਨੀਆਂ ਮਾਵਾਂ ਨੇ ਜੀ ਮੇਰੀਆਂ। ਤੂੰ ਇਹ ਤਾਂ ਪੇਪਰ ਦਿੱਤਾ ਸੀ? ਸਰ ਤੁਹਾਨੂੰ ਪਤਾ ਹੋਊਗਾ ਜੀ, ਮੇਰੇ ਤੋਂ ਤਾਂ ਆਪਦੇ ਪੇਪਰ ਦਿੱਤੇ ਜਾਣ ਉਹੀ ਬਹੁਤ ਹੈ। ਤੂੰ ਬੰਦਾ ਬਣ ਜਾ, ਮੈਂ ਤੁਹਾਨੂੰ ਦੱਸਾਂ। ਸਰ ਬਾਕੀਆਂ ਨੂੰ ਤਾਂ ਮੈਂ ਬੰਦਾ ਹੀ ਲੱਗਦਾ ਜੀ। ਐਂ ਕਰੋ ਸਰ, ਤੁਸੀਂ ਆਪਣੀ ਨਿਗਾਹ ਚੈੱਕ ਕਰਾਓ ਡਾਕਟਰ ਸ਼ਮਸ਼ੇਰ ਤੋਂ। ਤੂੰ ਜ਼ਬਾਨ ਲੜਾਉਣਾ ਮੇਰੇ ਨਾਲ? ਉਹ ਸਰ ਜੀ, ਲੜਨ ਲੜਾਉਣ ਵਾਲੇ ਕੰਮਾਂ 'ਚ ਤਾਂ ਅਸੀਂ ਪੈਂਦੀ ਨਹੀਂ ਜੀ। ਤੁਸੀਂ ਮੇਰੇ ਨਾਲ ਚੱਲੋ, ਮੈਂ ਬਣਾਉਣਾ ਤੁਹਾਨੂੰ ਬੰਦੇ। ਚਲੋ ਪ੍ਰਿੰਸੀਪਲ ਸਾਹਿਬ ਕੋਲ। ਚਲੋ ਜੀ। ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੇ ਨੇ ਜੀ। ਅੱਛਾ, ਇੱਕ ਮੁੰਡਾ ਦੂਸਰੇ ਦਾ ਪੇਪਰ ਦੇ ਰਿਹਾ। ਤੋ ਬੁਲਾਓ, ਕੌਣ ਕੌਣ ਹੈਗੇ ਮੁੰਡੇ? ਹੈਲੋ, ਅੰਦਰ ਆ ਜਾਓ। ਏ ਸੀ ਐਨੇ ਕਿ ਦੋਨੋਂ ਵੀ ਆਪਣਾ ਨਾਂ ਦੱਸੋ। ਰੁਪਿੰਦਰ ਸਿੰਘ ਜੀ। ਤੇਰਾ? ਸਤਿੰਦਰ ਸਿੰਘ ਜੀ। ਚਲੋ ਆਪਣਾ ਆਈ ਕਾਰਡ ਦਿਖਾਓ। ਆਈ ਕਾਰਡ ਮੇਰੇ ਕੋਲ ਨੇ ਜੀ, ਆਹ ਨੇ ਇਹਨਾਂ ਦੇ ਆਈ ਕਾਰਡ। ਸਤਿੰਦਰ ਸਿੰਘ ਤੇ ਰੁਪਿੰਦਰ ਸਿੰਘ। ਤੋ ਐਂ ਦੱਸੋ, ਪਰਸੋਂ ਦਾ ਇਹਦਾ ਪੇਪਰ ਤੁਸੀਂ ਦਿੱਤਾ ਸੀ? ਸਰ ਐਂ ਕੋਈ ਕਿਸੇ ਦਾ ਪੇਪਰ ਦੇ ਸਕਦਾ ਜੀ? ਮੈਨੂੰ ਤਾਂ ਪਤਾ ਹੀ ਨਹੀਂ ਸੀ ਸਰ। ਦੇਖ ਕਾਕਾ, ਹੁਣ ਤਾਂ ਇਹ ਗੱਲ ਸਰ ਜਾਣੀ ਹੈ, ਅੱਗੇ ਤੋਂ ਧਿਆਨ ਰੱਖੀ। ਅਗਰ ਲਾਈਫ ਮੈਂ ਤੁਹਾਡੇ ਉੱਪਰ ਇੱਕ ਵੀ ਕੇਸ ਪੜ ਗਿਆ ਨਾ, ਤਾਂ ਪੂਰੀ ਲਾਈਫ ਖਰਾਬ ਹੋ ਜਾਣੀ ਹੈ। ਚਲੋ ਹੁਣ ਤੁਸੀਂ ਜਾਓ ਫਿਰ। ਓਏ, ਨਹੀਂ ਸੁਧਰਨ ਵਾਲੇ ਜੀ, ਸੁਧਾਰ ਦੇਗੇ ਮਹਾਰਾਜ, ਤੁਸੀਂ ਜਾਓ। ਮੈਂ ਕਿਹਾ ਬਸ ਬਸ, ਤੁਸੀਂ ਜਾਓ। ਲਾਈਫ ਖਰਾਬ ਹੋ ਜੂ। ਪ੍ਰਿੰਸੀਪਲ ਸਾਹਿਬ ਨੂੰ ਕੀ ਪਤਾ ਸੀ 26 ਦਾ ਪਰਚਾ ਤਾਂ ਅਸੀਂ ਦੇਈ ਬੈਠੇ ਹਾਂ। ਮਾਸਟਰ ਨੇ ਭਜਾ ਭਜਾ ਬੱਸ ਕਰਾਤੀ। ਤੈਨੂੰ ਕਹਿੰਦਾ ਹੁੰਦਾ ਸੀ ਮਾੜੀ ਮੋਟੀ ਹਿਲਜੁਲ ਕਰ ਲਿਆ ਕਰ, ਲੱਗਦਾ ਪਤਾ ਹੁਣ? ਭਾਈ ਦੇਖਣ ਨੂੰ ਤਾਂ ਪੂਰਾ ਫਿੱਟ ਆ, ਬਾਹਰੋਂ ਹੀ ਫਿੱਟ ਆ, ਗੱਲ ਤਾਂ ਅੰਦਰ ਦੀ ਹੁੰਦੀ ਹੈ। ਲੈ, ਤੈਨੂੰ ਭਾਈ ਅੰਗਰੇਜ਼ੀ ਨਹੀਂ ਆਉਂਦੀ, ਮੈਥੋਂ ਭੱਜ ਨੱਠ ਨਹੀਂ ਆਉਂਦੀ, ਹਿਸਾਬ ਕਿਤਾਬ ਬਰਾਬਰ। ਇਹ ਤਾਂ ਬਾਈ ਆਪਣਾ ਤਰਲੋਕ ਹੈ। ਉਹ ਕਿਵੇਂ ਮਿੱਤਰੋ? ਕਿਵੇਂ ਆ ਬਾਈ? ਜਮਾ ਸਿਰਾ ਆ ਕੀ ਲੌਂਡਾ ਜਿਹਾ ਬਣਿਆ ਫਿਰਦਾ ਓਏ? ਓਏ, ਤੁਹਾਨੂੰ ਕੀ ਪਤਾ ਹੈ? ਚੰਡੀਗੜ੍ਹ ਚੱਲੋ ਮੇਰੇ ਨਾਲ। ਯਾਰ ਗਏ ਤਾਂ ਹੈਗੇ ਆ ਬਾਈ ਅਸੀਂ। ਉਹ ਬਾਈ ਉਵੇਂ ਨਹੀਂ ਨਾ ਗਏ, ਨਜ਼ਾਰਾ ਹੀ ਹੋਰ ਹੈ। ਜੀਪ ਵਿੱਚ ਰਹਿਣ ਜੀਤ ਬਾਣੀ ਲਾ ਕੇ ਨੀ, ਤੁਰ ਪੇਖਣੇ ਤੋਂ ਨਾ ਬਾਬੇ ਦਾ ਤਿਆ ਤੇ ਨੀ। ਪ੍ਰਧਾਨਗੀ ਤੇ ਹੋਣੀਆਂ ਲੜਾਈਆਂ ਨੀ, ਮਾਮਲੇ ਨਾ ਰਹੇ ਬੱਟਾਂ ਦੇ, ਚੰਡੀਗੜ੍ਹ ਨੂੰ ਪੱਟਣਗੇ ਜੱਟੀਏ, ਨੀ ਬੈਲੀ ਹੋ ਕੇ ਪੁੱਤ ਜੱਟਾਂ ਦੇ। ਉਹ ਕਿੱਧਰ ਗਿਆ? ਇੱਥੇ ਹੀ ਹੋਣਗੇ। ਉਹ ਬੱਲੇ, ਬੜੀਆਂ ਰੌਣਕਾਂ ਛੌਣਕਾਂ ਲਾਈਆਂ ਨੇ। ਆ ਜਾਓ ਆ ਜਾਓ, ਬਹਿ ਜਾਓ। ਹੋਰ ਬਾਈ, ਰੋਟੀ ਖਾਓ। ਬਾਈ, ਇਹ ਰਾਜੂ ਆ ਮਲੋਹ ਤੋਂ। ਜਾਣਦਾ ਬਾਈ ਨੂੰ। ਕੀ ਹਾਲ ਹੈ ਵੀਰ? ਵਧੀਆ ਬਾਈ, ਬੜੀ ਦੇਰ ਬਾਅਦ ਮਿਲੇ ਆ। ਬਾਈ, ਐਮ ਪੀ ਦੀਆਂ ਇਲੈਕਸ਼ਨਾਂ 'ਚ ਇੱਕ ਬੰਦੇ ਦੀ ਸਪੋਰਟ ਕਰਨ ਗਏ ਸੀ, ਜਿੱਤ ਗਿਆ ਆਪਣੇ ਵਾਲਾ ਬੰਦਾ। ਵਧੀਆ ਫਿਰ ਤਾਂ। ਐਤਕੀ ਵੀਰ ਨੂੰ ਆਪਾਂ ਖਾਲਸਾ ਕਾਲਜ ਦਾ ਪ੍ਰੈਜ਼ੀਡੈਂਟ ਬਣਾਉਣਾ। ਉਹ ਯਾਰ, ਮੈਂ ਤਾਂ ਕਾਲਜ ਕਦੇ ਵੜਿਆ ਨਹੀਂ, ਮੈਨੂੰ ਕੌਣ ਜਾਣਦਾ ਉੱਥੇ। ਬਾਈ, ਤੂੰ ਬੂਟਾਂ 'ਚ ਤਾਂ ਖੜ, ਜਾਣਨਗੇ ਲੋਕ। ਕਿਉਂ ਬਾਈ, ਕਿਵੇਂ ਕਰੀਏ ਫਿਰ? ਬਾਈ, ਜਿਵੇਂ ਤੇਰਾ ਜੀ ਕਰਦਾ, ਜਾਣ ਪਛਾਣ ਤਾਂ ਬਣੀ ਜਾਂਦੀ ਆ। ਉਹ ਆਹੀ ਗੱਲ ਤਾਂ ਬਾਈ ਇਹਨੂੰ ਮੈਂ ਕਹਿਣਾ, ਪਰ ਇਹ ਮੰਨਦਾ ਹੀ ਨਹੀਂ ਮੇਰੀ ਗੱਲ। ਉਹ ਚਲੋ ਠੀਕ ਆ ਯਾਰ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਸਹੀ। ਖੁਸ਼ ਹੋ? ਚਲੋ ਫਿਰ ਆਪਾਂ ਚੱਲਦੇ ਹਾਂ ਜੀ ਸੀ ਜੀ ਦੀ ਬਿਊਟੀ ਦੇਖਣ। ਓਏ, ਉਹਨਾਂ ਦੀ ਆਊਟਿੰਗ ਅੱਜ। ਯਾਰ, ਅਸੀਂ ਤਾਂ ਇਲੈਕਸ਼ਨਾਂ 'ਚ ਥੱਕੇ ਪਏ ਹਾਂ, ਤੁਸੀਂ ਜਾਇਓ, ਅਸੀਂ ਤਾਂ ਰੈਸਟ ਕਰਾਂਗੇ ਯਾਰ। ਆਪਾਂ ਜਾਓ ਜਾ ਬਈ। ਚੱਲ ਠੀਕ ਹੈ। ਬੜੀ ਅਸ਼ਕੀਨ ਕੁੜੀ ਲੱਗਦੀ, ਹੁਸੀਨ ਕੁੜੀ ਬੜੀ ਅਸ਼ਕੀਨ ਕੁੜੀ, ਬੋਲੀਆਂ ਦੇ ਵਿੱਚ ਮੁਸਕਾਵੇ, ਦਿਲ ਰੱਖ ਲੋ ਸਾਂਭ ਕੇ, ਨਿਕਲੇ ਹੱਥੋਂ ਨਾ ਜਾਵੇ, ਦਿਲ ਰੱਖ ਲੋ ਸਾਂਭ ਕੇ, ਧਮਕਾਂ ਤੇ ਧਮਕਾਂ ਪਾਵੇ, ਦਿਲ ਰੱਖ ਲੋ ਸਾਂਭ ਕੇ, ਨਿਕਲੇ ਹੱਥੋਂ ਨਾ ਜਾਵੇ, ਦਿਲ ਰੱਖ ਲੋ ਸਾਂਭ ਕੇ। ਨੱਚਣੇ ਨੂੰ ਕਹਿਣ ਸਾਰੇ ਮੁੰਡੇ
ਉਹਦੇ ਨਾਲ ਜੱਚਣੇ ਨੂੰ ਕਹਿਣ ਉਹ ਸਾਰੇ ਮੁੰਡੇ ਉਹਦੇ ਨਾਲ ਨੱਚਣੇ ਨੂੰ ਕਹਿਣ ਸਾਰੇ ਮੁੰਡੇ ਉਹਦੇ ਨਾਲ ਜੱਚਣੇ ਨੂੰ ਕਹਿਣ ਅੱਖ ਕਿਸੇ ਕਿਸੇ ਨਾਲ ਉਹ ਮਿਲਾਵੇ ਦਿਲ ਰੱਖ ਲਓ ਸਾਂਭ ਕੇ ਨਿਕਲੇ ਹੱਥੋਂ ਨਾ ਜਾਵੇ ਦਿਲ ਰੱਖ ਲਓ ਸਾਂਭ ਕੇ ਨਿਕਲੇ ਹੱਥੋਂ ਨਾ ਜਾਵੇ ਦਿਲ ਰੱਖ ਲਓ ਸਾਂਭ ਕੇ ਉਹ ਨਿਕਲੇ ਹੱਥੋਂ ਨਾ ਜਾਵੇ ਦਿਲ ਰੱਖ ਲਓ ਸਾਂਭ ਕੇ ਬਾਈ ਬਸ ਥੋੜ੍ਹੀ ਬੂਟਾਂ ਫਰਕ ਰਹਿ ਗਿਆ ਕੋਈ ਨੀ ਫਿਰ ਕੀ ਹੈ ਫਿਰ ਕੀ ਹੈ ਉਹ ਮੇਰੀ ਸਾਲੀ ਬੇਇੱਜ਼ਤੀ ਹੋ ਗਈ ਬਾਈ ਕਹਿੰਦਾ ਫਿਰ ਕੀ ਹੈ ਉਹ ਕੋਈ ਨਾ ਬਾਈ ਅਗਲੀ ਵਾਰ ਸਹੀ ਅਗਲੀ ਵਾਰ ਤਾਂ ਬਾਈ ਮੈਂ ਯੂਨੀਵਰਸਿਟੀ ਚਲੇ ਜਾਣਾ ਉਹ ਫਿਰ ਉੱਥੇ ਸਹੀ ਹੁਣ ਤੈਨੂੰ ਪ੍ਰੈਜ਼ੀਡੈਂਟ ਨਹੀਂ ਚੇਅਰਮੈਨ ਬਣਾਵਾਂਗੇ ਉੱਥੇ ਬਾਈ ਇੱਕੋ ਪਾਰਟੀ ਆ ਉਹਦੀ ਉਹ ਬਦਮਾਸ਼ੀ ਚੱਲਦੀ ਆ ਬਦਮਾਸ਼ੀ ਤਾਂ ਬਾਈ ਸਿਰਫ ਇਹਦੀ ਚੱਲਦੀ ਹੈ ਇਹਦੇ ਨਾਲ ਬਣਾਵਾਂਗੇ ਤੈਨੂੰ ਚੇਅਰਮੈਨ ਬਈ ਆਹ ਕਦੋਂ ਲੈ ਲਿਆ ਯਾਰ ਬਈ ਇਹਦਾ ਲਾਇਸੈਂਸ ਕਿੱਥੇ ਹੈ ਉਹ ਲਾਇਸੈਂਸ ਦੀ ਲੋੜ ਤਾਂ ਉਹਨਾਂ ਨੂੰ ਪੈਂਦੀ ਆ ਜਿਨ੍ਹਾਂ ਨੇ ਦੀਵਾਲੀ ਵੇਲੇ ਚਲਾਉਣਾ ਹੁੰਦਾ ਭੈਣ ਦਾ ਵਿਆਹ ਰਿਹਾ ਬਾਈ ਉੱਥੇ ਪਾਵਾਂਗੇ ਪਟਾਕੇ ਨਜ਼ਾਰਾ ਦੇਖਿਆ ਓਏ ਲੌਂਗ ਜੰਪ ਹਾਈ ਜੰਪ ਹੜਲਾਂ ਫਰੰਟ ਰੋਲ ਇਹ ਬਈ ਸਾਰਾ ਲਟਰਮ ਫਟਰਮ ਜਾਣਾ 35 ਘੰਟੇ ਚ ਪੂਰਾ ਕਰਨਾ ਹੁੰਦਾ ਇੱਕ ਕਬੱਡੀ ਵਾਲਾ ਆ ਗਿਆ ਟ੍ਰਾਇਲ ਦੇਣ ਦੇਖੋ ਕਿਵੇਂ ਦਿੰਦਾ ਰੈਫਰੀ ਨੇ ਕਰਕੇ ਟਾਈਮ ਜਾਂ ਨੋਟ ਜਦੋਂ ਮਾਰੀ ਸਿਟੀ ਕਬੱਡੀ ਵਾਲੇ ਨੇ ਟੇਕਿਆ ਮੱਥਾ ਮਾਰੀ ਪੜਤੇ ਥਾਪੀ ਕਹਿੰਦਾ ਚੱਕ ਲੌਂਗ ਜੰਪ ਦੂਜੀ ਵਾਰੀ ਟੇਕਿਆ ਮੱਥਾ ਮਾਰੀ ਥਾਪੀ ਕਹਿੰਦਾ ਚੱਕ ਹਾਈ ਜੰਪ ਜਦੋਂ ਹੀ ਤੀਜੀ ਵਾਰੀ ਟੇਕ ਕੇ ਮੱਥਾ ਮਾਰਨ ਲੱਗਿਆ ਥਾਪੀ ਰੈਫਰੀ ਨੇ ਇੱਧਰ ਜਿਹਨੂੰ ਖਿੱਚ ਲਿਆ ਕਹਿੰਦਾ ਤਾਜ ਤੇਰੇ 35 ਸਕਿੰਟ ਦਾ ਮੱਥੇ 'ਚ ਹੀ ਪੂਰੇ ਹੋ ਗਏ ਚੱਲ ਬਾਹਰ ਲੈ ਵੀ ਦੇਖੋ ਪੁੱਤਰੋ ਅੱਜ ਤਾਂ ਤੁਸੀਂ ਜੋ ਕਰਨਾ ਕਰ ਲਓ ਕੱਲ ਤੋਂ ਕੰਮ ਕਰਨਾ ਪਊ ਓਹੋ ਬਾਪੂ ਜੀ ਉਹ ਤੁਸੀਂ ਦੱਸੋ ਤਾਂ ਸਹੀ ਕਰਨਾ ਕੀ ਆ ਉਹ ਕਰਨਾ ਆ ਸ਼ਹਿਰੋਂ ਹਲਵਾਈ ਲੈ ਕੇ ਆਉਣਾ ਹੈ ਦੂਜੀ ਗੱਲ ਮੰਜੇ ਇਕੱਠੇ ਕਰਨੇ ਹੈ ਬਿਸਤਰੇ ਇਕੱਠੇ ਕਰਨੇ ਹੈ ਆ ਜਿਹੜਾ ਆਪਣਾ ਸੀਰੀ ਹੈ ਉਹ ਤਾਂ ਸਾਲਾ ਕਮਲਾ ਓਏ ਉਹਨੇ ਬਿਸਤਰਿਆਂ ਦੇ ਉੱਤੇ ਗਲਤ ਨੰਬਰ ਲਾ ਦੇਣੇ ਆ ਤੇ ਕੱਲ ਨੂੰ ਆਪਾਂ ਲੋਕਾਂ ਨਾਲ ਲੜਦੇ ਫਿਰਾਂਗੇ ਲੜਨਾ ਆ ਸਾਲੇ ਗਵਾਂਢੀਆਂ ਨੇ ਧੱਕੇ ਨਾਲ ਥਾਉਂ ਦੱਬ ਲਿਆ ਗਰੀਬ ਦਾ ਨਾਲੇ ਕੰਜਰ ਦੇ ਉੱਤੋਂ ਦੀ ਕੰਧ ਕੱਢੀ ਬੈਠੇ ਆ ਬਾਈ ਉਹਦੇ ਦੋਵੇਂ ਹੱਥ ਨਹੀਂ ਹੈਗੇ ਵਿਚਾਰੇ ਦੇ ਐਵੇਂ ਸਾਲੇ ਧੱਕਾ ਕਰੀ ਜਾਂਦੇ ਆ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਓਏ ਓਏ ਨਾ ਨਾ ਪੁੱਤਰੋ ਆਪਾਂ ਇਹ ਕੰਮ ਨਹੀਂ ਕਰਨਾ ਲੜਨਾ ਨਹੀਂ ਓਏ ਆਪਣੇ ਘਰੇ ਤਾਂ ਵਿਆਹ ਧਰਿਆ ਹੋਇਆ ਠੀਕ ਹੈ ਬਾਪੂ ਜੀ ਹਜੇ ਆਪਾਂ ਨਹੀਂ ਲੜਦੇ ਫਿਰ ਤਾਂ ਇਹਦਾ ਮਤਲਬ ਲੜਨਾ ਜ਼ਰੂਰ ਹੈ ਓਹੋ ਬਾਪੂ ਜੀ ਅਸੀਂ ਥੋੜ੍ਹਾ ਲੜਦੇ ਹਾਂ ਲੋਕਾਂ ਨਾਲ ਲੋਕ ਸਾਡੇ ਨਾਲ ਲੜਦੇ ਆ ਕਿ ਨਹੀਂ ਬਾਈ ਚੰਗਾ ਬਾਪੂ ਜੀ ਤੁਸੀਂ ਆਰਾਮ ਕਰ ਲਓ ਅਸੀਂ ਕਰ ਦਾਂਗੇ ਸਾਰੇ ਕੰਮ ਕਰ ਦਿਓਗੇ ਕੰਮ ਪਤਾ ਹੀ ਆ ਤੁਹਾਡਾ ਜਿਹੜਾ ਕੰਮ ਕਰਦੇ ਤਰਲੋਕ ਆਪ ਕਿਉਂ ਨਹੀਂ ਆਇਆ ਯਾਰ ਉਹ ਘਰ ਵਾੜਨ ਵਾਲਾ ਬੰਦਾ ਹੀ ਹੈ ਨਹੀਂ ਤਾਂ ਹੀ ਤਾਂ ਬਾਪੂ ਨੇ ਆਪਾਂ ਨੂੰ ਭੇਜਿਆ ਆ ਦੇਖੀ ਤੈਨੂੰ ਸਾਰਾ ਤੁਹਾਡੇ ਘਰ ਦੇ ਵਾੜ ਦਿਆ ਕਰੇ ਤਾਂ ਹੀ ਤਾਂ ਸਾਰਾ ਫਿਰਦਾ ਰਹਿਣਾ ਸਾਡੇ ਨਾਲ
ਹੱਥ ਨਹੀਂ ਪਾਤੇ ਸਾਲੇ। चल वधिया आ गई। तुम्हें याद है तुम्हारे साथ कमल पढ़ती थी? उन्हें क्यों मैं भूल जाऊं? लेकिन वो तो गांधी से मिलना चाहती है। पहला मेनू तो मिला दे। ठीक है तो फिर मैं चलती हूँ। अब बैठा जा, लाता हूँ कोई स्कीम, आ जा। और फिर ये क्या हुआ? ओ यार कुछ नहीं, डिग पे आसी। क्या? ओ यार डिग पड़ा था। गोली लगी? गोली लगी? अगर कुछ हो जाता तो? उन्दा ठीक है। नाले बंदा मारनु ना, जिगरा चाहिदा, बंदूक नी। यार प्लीज, तुम लड़ाई मत करा करो। यार असी थोड़ी लड़ दिया लोग का ना, साड़े लोग लड़ दिया साड़े ना, उन्हें तुम लड़ी जानी है। कोई प्यार दी गल करना। हाँ हाँ, तुम तो बड़े प्यार के पैम्फलेट बांटते फिरते हो। अच्छा चल चलिए। कहाँ? प्यार दे पैम्फलेट बांटे ना। चलो। सोनिया तेरा मिठा हो पीला मेरा है वो, छोड़ो उसे। यार छोड़ दो, क्या कर रहे, छोड़ो उसे। यार मैं ना तेनू जदों पहली बार देखिया सी मेनू तां उदों ही प्यार हो गया सी तेरे नाल, तेनू किवें दा लग्गिया? मैं सच बोलूं तो ठीक ठाक ही था। फिर क्यों आई मेरी एंट्री कराउण? मैंने सोचा पिंडू को क्लब दिखा दूं। अच्छा, तरस आ गया था तुम पे। ऐ कर, एक तरस और कर ला फिर। कौन सा? यार वो भी हुण मैं दसां। अच्छा हेलो। हाँ पिंदे। हाँ भाई। वो जिदी लत तोड़ी सी अपा खन्ने, हाँ उस केस च पेश होना है। च
चल मैं आना है। कहाँ जा रहे हो? जेल। क्यों? वहां पे होगा गंदी ग्रुप। तरलोक के पिंड हुई लड़ाई च ता उदे बापू जी ने साडा ना पैण नहीं दिता, पर रब ने यारा नू मिलाउण दा एक होर सबब बनाता। होर फिर उस्ताद किवें चलदा तेरा लमरेटा? ठीक है घंटा भाई करदा तां टिक टिक ही आ पर कम सारी जांदा। ਬਾਈ ਸਤਿ ਸ਼੍ਰੀ ਅਕਾਲ। ਉਹ ਕਿਵੇਂ ਆ ਸੁੱਚਿਆ? ਬਾਈ ਇੱਕ ਬੰਦਾ ਬਹੁਤ ਰੜਕਦਾ ਅੱਖਾਂ 'ਚ। ਕੱਢ ਦੇ ਰੜਕ ਫਿਰ। ਬਾਈ ਉਹ ਤਾਂ ਦੁਨੀਆ ਤੋਂ ਕੱਢਣਾ ਪਊ, ਐਂ ਨਹੀਂ ਸਰ ਨਾ। ਦੁਨੀਆ ਤੋਂ ਕੱਢ ਦੇ ਫਿਰ, ਦੇਖਦਾ ਕੀ ਆ। ਗੱਲ ਤਾਂ ਦੱਸ, ਹੋਇਆ ਕੀ ਆ? ਬਾਈ ਜੇ ਕਿਤੇ ਬੀ ਪੀ ਐਡ ਨਾ ਕੀਤੀ ਹੁੰਦੀ ਨਾ, ਨਿਕਲ ਗਿਆ ਸੀ। ਬਾਈ ਜੇ ਮਲੇਰਕੋਟਲੇ ਦੀਆਂ ਗਲੀਆਂ ਦਾ ਭੇਤ ਨਾ ਹੁੰਦਾ ਨਾ, ਫੇਰ ਨਿਕਲ ਗਿਆ ਸੀ। ਦਾਰੂ ਪੀ ਕੇ ਨਾ ਸਹੇਲੀ ਦੀ ਬਹੁਤ ਯਾਦ ਆਉਂਦੀ। ਜੀ ਕਰਦਾ ਸ਼ਿਮਲੇ ਚੱਲੀਏ ਹੁਣ ਤਾਂ। ਫਿਰ ਤਾਂ ਤੈਨੂੰ ਗਾਉਂਦੀ ਵੀ ਸੁਣਦੀ ਹੋ ਕੀ? ਪਿਆ ਤੂੰ ਤੋਂ ਆ ਜਾ ਸ਼ੋਲਾ ਸਾਵਨ ਭੜਕੇ ਆ ਕੇ ਗਲੇ ਲਗਾ ਜਨ ਕੀ ਜਵਾਲਾ ਠੰਡੀ ਹੋ ਗਈ ਆ ਕੇ ਫਿਰ ਗਲੇ ਲਗਾ ਜ ਹੁਣ ਤਾਂ ਆ ਜਾ ਹਟ ਜਾ ਓਏ ਹਟ ਜਾ ਸਾਲਾ ਇੱਕ ਤਾਂ ਰਾਤ ਦਾ ਟਾਈਮ ਦੂਜੀ ਪੀਤੀ ਆ ਦਾਰੂ ਤੀਜਾ ਤੇਰੇ ਆ ਲੱਟ ਕੇ ਝਟਕੇ ਜੇ
की गंद पाया होया तुसी? चुप कर, जट बंदा मार के आया, ना उदा पता लगे ना तेरा पता लगना। ਹੈਗੀਆਂ ਤਾਂ ਕਰਮਾਂ ਦੀਆਂ ਖੇਡਾਂ ਨੇ। ਦੇਖ ਲਾ ਬਾਈ, ਕੁਛ ਕੁ ਟਾਈਮ ਪਹਿਲਾਂ ਵੀ ਆਪਾਂ ਇੱਥੇ ਹੀ ਬੈਠੇ ਸੀ। ਆਪਣੇ ਲਈ ਵੀ ਜੇਲ੍ਹ ਹੁਣ ਨਾਨਕੇ ਹੀ ਆ। ਐਕਤੀ ਆ ਲੈ ਕੇ ਆਇਆ ਆਪਾਂ ਨੂੰ। ਤੂੰ ਚੁੱਪ ਕਰ ਓਏ, ਸਾਲਾ ਦਾਰੂ ਪੀ ਕੇ ਕੋਠੇ ਤੇ ਪਿਆ, ਪੁਰਸਤੀ ਪਈ ਰੇੜ, ਉਹਨਾਂ ਨੂੰ ਕਹਿੰਦਾ ਦੂਜੀ ਮਿਣ ਸਿਰ ਪਾੜ ਦੂੰ, ਦੂਜੀ ਮਿਣ ਸਿਰ ਪਾੜ ਦੂੰ, ਸਾਲਾ ਹੋਇਆ। ਨਾ ਤੂੰ ਸਭ ਦੇ ਨਾਂ ਲੈ ਤੇ ਓਏ, ਸਾਲਾ ਚਾਰ ਡਾਂਗਾ ਤੋਂ ਡਰ ਗਿਆ, ਬਣਿਆ ਫਿਰਦਾ ਵੱਡਾ ਜਿਉਣਾ ਮਾਵੜਾ। ਮੈਂ ਤਾਂ 15ਵੇਂ ਦਿਨ ਮੂੰਹ ਖੋਲਿਆ, ਜਿੱਥੋਂ 15 ਪੱਟੇ ਨਹੀਂ ਸੀ ਸਾਰ ਹੋਣੇ। ਨਾਲੇ ਬਈ ਜਿਨ੍ਹਾਂ ਦੇ ਗੱਡੀ ਲਾਈ ਆ ਉਹਨਾਂ ਨੂੰ ਕਿਹੜਾ ਦੱਸਿਆ ਵੀ ਇੱਥੇ ਹੋਲੀ ਖੇਡੀ ਆ। ਅਗਲਾ ਗੇੜੀਆਂ ਲਾਉਂਦਾ ਫਿਰਦਾ ਸੀ, ਪੁਲਿਸ ਨੇ ਪੁੱਛ ਲਿਆ। ਉਹ ਕਿਉਂ ਬਹਿਸ ਕਰਦੇ ਹੋ, 3 ਮਹੀਨਿਆਂ 'ਚ ਆਪਾਂ ਬਰੀ ਹੋ ਜਾਣਾ। ਉਹ ਕਿਵੇਂ ਬਾਈ, ਉਹ ਕਿਹੜਾ ਗਵਾਹੀ ਦਊ ਆਪਣੇ ਖਿਲਾਫ? ਬਾਈ ਜੀ, ਵੱਡੇ ਸਾਹਿਬ ਨੇ ਸਮਾਨ ਭੇਜਿਆ, ਤੁਸੀਂ ਉਹਨਾਂ ਦੇ ਕੰਮ ਆਏ ਹੋ। ਪੁਲਿਸ ਤੋਂ ਸਮਾਨ ਮਿਲਿਆ, ਉਦੋਂ ਤਾਂ ਨਜ਼ਾਰਾ ਬੰਨਿਆ ਗਿਆ, ਪਰ ਸਾਨੂੰ ਕੀ ਪਤਾ ਸੀ ਕਿ ਇਹੀ ਨਸ਼ੇ ਇੱਕ ਦਿਨ ਸਾਡੀ ਬਰਬਾਦੀ ਦਾ ਕਾਰਨ ਬਣਨਗੇ। ਇਹਦੀ ਤਾਂ ਸ਼ਕਲ ਹੀ ਜੇਬ ਕਤਰੇ ਵਰਗੀ ਹੈ। ਹੋਰ ਫਿਰ ਕਿਵੇਂ ਲੰਘਿਆ ਟਾਈਮ ਜੇਲ੍ਹ 'ਚ? ਬਾਈ ਪਹਿਲਾਂ ਤਾਂ ਜੇਲ੍ਹ 'ਚ ਦਿਨ ਲੰਘਦੇ ਤੀਆਂ ਵਾਂਗ, ਫਿਰ ਤਾਂ ਬਾਈ ਕਾਲਾ ਪਾਣੀ ਹੋਇਆ। ਵੀਰੇ ਵੀਰੇ, ਵਾਹ ਕੀ ਹੋਇਆ, ਕੀ ਹੋ ਗਿਆ? ਮੈਨੂੰ ਬਸਤੀ ਵਾਲਾ ਬਹੁਤ ਘੁੱਟਿਆ ਵੀਰੇ। ਪਰ ਦੱਸਤਾ ਦੇ, ਹੋਇਆ ਕੀ ਹੈ? ਵੀਰੇ ਮੈਂ ਪਿੰਡ 50,000 ਰੁਪਇਆ ਲਈ ਜਾਂਦਾ ਸੀ, ਦਰਾਏ ਬਸਤੀ 'ਚ ਮੇਰੇ ਤੋਂ ਮੋਟਰਸਾਈਕਲ ਵੱਜਿਆ ਮੁੰਡੇ 'ਚ, ਗਲਤੀ ਵੀ ਉਹਦੀ ਸੀ, ਨਾਲੇ ਉਹਨਾਂ ਨੇ ਮੇਰੇ ਪੈਸੇ ਖੋਲੇ, ਨਾਲੇ ਮੈਨੂੰ ਕੁੱਟਿਆ। ਉਹ ਫੋਨ ਡਾਇਰੈਕਟਰੀ, ਸਾਰਿਆਂ ਨੂੰ ਫੋਨ ਕਰਕੇ ਪਰਸ ਨੂੰ ਦਰਾਹੇ ਨਹਿਰ 'ਤੇ ਪਹੁੰਚਣ, ਨਾਲੇ ਉਹਨਾਂ ਬਸਤੀ ਵਾਲਿਆਂ ਨੂੰ ਵੀ ਸੁਨੇਹਾ ਭੇਜ ਕਿ ਤਿਆਰ ਹੋ ਜਾਣ ਗਾਂਧੀ ਹੁਰੀ ਆ। ਅਸੀਂ ਬਸਤੀ ਵਾਲਿਆਂ ਨੂੰ ਇੱਕ ਆਖਰੀ ਸੁਨੇਹਾ ਭੇਜਿਆ ਕਿ ਸਾਨੂੰ ਬੰਦੇ ਦੱਸੋ ਕਿਹੜੇ ਆ ਜਿਨ੍ਹਾਂ ਨੇ ਪੈਸੇ ਲੁੱਟੇ ਆ, ਪਰ ਉਹ ਨਹੀਂ ਮੰਨੇ। ਸਾਰੀ ਬਸਤੀ ਨੂੰ ਸਬਕ ਸਿਖਾਉਣ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਾ ਰਿਹਾ। ਜੋ ਖਾਣਾ ਖਾ ਪੀ ਲਓ, ਅੱਜ ਸਾਲੇ ਬਸਤੀ ਵਾਲੇ ਫੈਂਟਣੇ ਆਪਾਂ। ਚੱਕੋ ਹਥਿਆਰ, ਚਲੋ।
गया सड़ता नहीं ज्यादा लगी ठीक है मड़े सिर ही पट्टिया भाई तेरा इलाज कराने पीजीआई चंडीगढ़ आए हाय हाय चंडीगढ़ ए दे करके नहीं जाना सोनिया मैडम करके जाना है ने जे शक्ल नहीं चाहिदी गलता चाहिदी कर लिया कर बोले तेनू तो भाभी कहना चाहिदा मेरा तो कहन नु जी नहीं करदा यार की दीदी सालिया तेरे लफेड़े बहुत पैने सी बच गया भाई अपा जा के आना मड़ा जा किथे जाना बस चल लगन ला दी है भाई फिर चल दे आपा को पता है इसके बारे में हेलो हाय हेलो हेलो गांधी कमल मिलो सत श्री अकाल बैठो बैठो भाई उठे बैठ फिर उठे बैठो बैठो वैसे हैगा ता गांधी भी कमल दा ही फुल अब कौन सी जंग जीत के आ रहे हो जंग ता हजे शुरू हुई है क्यों भाई जी ऑर्डर सर कॉफी कॉफी आज ब्लैक पीते हैं ब्लैक भाई ब्लैक सब ब्लैक तो अचार ब्लैक कॉफी लिया दे यार और कुछ बस जी सर मैं वॉशरूम जाके आती हूँ भाई मैं भी माड़ा एक कमेंट आया बह जा तू सिटी मारनी है आहो और तरह दी शुगर ना जी ना मैं लाइक कर दिया थोनू अब जेड़ा कुछ तुसी सोचते हो ना वो नहीं हो सकता जी क्यों जिन्ना राहां ते मैं तुर रहा कल नू की होना मैनू भी नहीं पता नाल तोड़ के तो देख चल देख देंगे बड़े कोई तो बात नहीं होगी केड़ियां गल्लां च रुझ गए सी जिहड़ा कॉफी पीना ही भुल गए भाई की होया तू कुड़ी रवाती यार लगदा ता गांधी है हां जी वीर जी की हाल चाल है जी वधिया जी की हाल है वीर जी बहुत वधिया तुसी सुनाओ वधिया जी ए मेरे कजन ने हेलो हेलो पीछे जे डीएसपी सिलेक्ट हुए ने हुन चंडीगढ़ पोस्टेड ने आजो वीर जी बैठो नहीं यार हुन थोड़ी जल्दी सी एक फंक्शन है असि अटेंड कर लिए ओके फिर मिलते हैं आपा सत श्री अकाल जी ओके वीर जी थैंक यू ओके वीर सत श्री अकाल
ओके जी। ओके वीरे छड़ आएगा असि माड़ा जाना कि चलो चलिए जी। और भाई की गल है देखते हो जगमीत भाई का फोन आया सी खन्ने तो पेश होना पऊ क्यों क्योंकि बस्ती वाले ने जीटी रोड से धरना लाया नाले सारे शहर का कूड़ा थाने मूहरे ढेरी करता बड़ा कम चक्या सालिया ने कम थोड़ी कूड़ा चक्या है। ओ यार तुसी क्यों चक्कड़ बढ़िया गल सुनो मेरी ध्यान नाल आ मनिंदर आया बैठा आपां ने इस बार इनू प्रेजिडेंट बनाउणा गा वीर उन्हां दी गिणती ज्यादा साढ़े पैर नहीं लगन देने ना मुंडियां दे ना कुड़ियां दे गिणती दा की है चाहे साले फौज लै आउण तू तैयारी कर असी हैगे आ ठीक है वीरे वो तू काबरी ना बोला हैगा आवी किधर तै टोके लेने हैं पता है नहीं तेनू भरन दंदे कागज ओ की कर लोगे तुसी लै करता की करना सी ओ कोई ना तू घबराना यार असी कर दें कोई हिला हाँ की हो गया यार मनिंदर का फोन आया सी कहता बिंदर होना ने कागज पाड़ते की पाड़ गया सवेरे सवेरे साला चाह ना पानी सवेरे सवेरे कुत्ते खानी कैम होन दा जगाड़ करो फिर कर दें कोई हिला साड़ा ना ले अपना देखी यार की गल है तुसी मनिंदर दे कागज पाड़ते असी तां आई करांगे ले हुण करियो फिर असी तां करता जिहड़ा कांड करना ही हुण तुसी कर लो जो करना है ठीक है पुत एक घंटे बाद इत्थी स्टूडेंट सेंटर मिलदे आ तू कर ला जिहड़े लगाड़े इकट्ठे करने ने ठीक है मिलदे आ फिर शरीर लुट्टी जांदा यार कोई नहीं कर दिया कैम आ ले भाई अखबार भाई गल सुन पानी सिर दे उत्तों दी लंघ गया हुण तां आपां नूं कुछ करना ही पऊ मनिंदर नूं कहता डिप्टी कोल जाके बैठे परचे तों बचे रहो ओह तां मैं कहता भाई हुण तां आपां नूं होली खेडणी पऊगी उठ आ देख साला चिंपैंजी जा किवें भांडे चक्की पिया तुहानूं सर मैं इस बार यूनिवर्सिटी च प्रेजिडेंट दी इलैक्शन लड़ रहा ते ओपोजिशन पार्टी ने मेरे कागज पाड़ते जी ये तो शरेआम धक्का किया उन्होंने फिर हाँ जी वो तो सानू कैंपेनिंग भी नहीं कर देंगे चलो ऐ करो फिर थोनू दिता एक घंटा जो थोतों हुंदा कर लो पुलिस यूनिवर्सिटी नहीं
ਸਾਲਿਆ ਉਦੋਂ ਕੀ ਭੌਂਕਦਾ ਸੀ? ਦੇਖ ਵੀਰ ਗਾਂਧੀ, ਤੇਰੇ ਨਾਲ ਸਾਡਾ ਕੋਈ ਰੌਲਾ ਨਹੀਂ, ਨਾਲੇ ਲੜਨ 'ਚ ਕੋਈ ਫਾਇਦਾ ਨਹੀਂ। ਉਹ ਇਲੈਕਸ਼ਨ ਲੜੋ ਫਿਰ, ਤੁਸੀਂ ਸਾਲਿਓ ਕਾਗਜ਼ ਪਾੜ ਦਿਓ। ਨਾ ਲੜ ਲਓ ਫਿਰ। ਤੂੰ ਚੁੱਪ ਕਰੋ। ਜੇ ਲੜਾਈ ਖੰਨੇ ਏਰੀਏ 'ਚ ਹੁੰਦੀ ਤਾਂ ਅਸੀਂ ਚੰਡੀਗੜ੍ਹ, ਅਤੇ ਜੇ ਚੰਡੀਗੜ੍ਹ ਕੋਈ ਵਾਕਾ ਹੁੰਦਾ ਤਾਂ ਅਸੀਂ ਆਪੋ ਆਪਣੇ ਪਿੰਡਾਂ ਨੂੰ ਆ ਜਾਂਦੇ। ਉਹ ਜਾ ਦੇ ਕੌਣ ਕੌਣ? ਪੁਲਿਸ ਵਾਲੇ ਆ। ਕੌਣ ਜੀ? ਉਹ ਚੋਰ ਆ। ਉਹ ਤਾਂ ਹੈ ਜੀ। ਉਹ ਬੋਲਦਾ ਕਿਵੇਂ ਆ? ਦਰਵਾਜ਼ਾ ਖੋਲ। ਕਿੱਥੋਂ ਆਏ ਹੋ? ਚੰਡੀਗੜ੍ਹ ਤੋਂ ਆਏ ਆ, 11 ਸੈਕਟਰ ਤੋਂ। ਖੋਲਦੇ ਖੋਲਦੇ। ਆਜੋ ਆਜੋ, ਰੋਟੀ ਖਾਓਗੇ ਕਿ ਚਾਹ ਪੀਓਗੇ? ਨਾ ਨਾ, ਬਸ ਆ ਤੁਹਾਨੂੰ ਲੈਣ ਆਏ ਸੀ। ਜਾਣਾ ਤਾਂ ਮੈਂ ਵੀ ਚੰਡੀਗੜ੍ਹ ਹੀ ਆ। ਪਹਿਲਾਂ ਚਾਹ ਪੀ ਲਓ, ਫਿਰ ਦੇਖਦੇ ਹਾਂ। ਐ ਲੈ ਜਾਏਗਾ, ਜੇ ਮੇਰੀ ਮਰਜ਼ੀ ਹੋਊ ਤਾਂ ਜਾਊਂ। ਪਰ ਆਕੜ ਦਿਓ, ਹੁਣ ਚਾਹ ਵੀ ਨਹੀਂ ਪਿਆਉਂਦਾ। ਚਾਬੀ ਲਿਆ। ਉਹ ਦੇ ਦੇ ਚਾਬੀ। ਉਹ ਲਿਆ। ਗਾਂਧੀ ਨੂੰ ਪੁਲਿਸ ਲੈ ਤਾਂ ਗਈ, ਪਰ ਉਦੋਂ ਅਸੀਂ 18 ਦਿਨਾਂ 'ਚ 307 ਦੇ ਪਰਚੇ ਦੀ ਜ਼ਮਾਨਤ ਕਰਵਾ ਜਾਂਦੇ ਸੀ। ਵੀਰੇ, ਮੈਨੂੰ ਪ੍ਰੈਜ਼ੀਡੈਂਟ ਨੇ ਭੇਜਿਆ, ਉਹਨੇ ਕਿਹਾ ਕਿ ਤੁਸੀਂ ਰੂਮ ਖਾਲੀ ਕਰ ਦਿਓ। ਕੀ? ਉਸ ਭੈਣ ਦੇ ਯਾਰ ਨੂੰ ਕਹਿ ਦੀ ਮੇਰੀ ਇੱਥੇ ਐਡਮਿਸ਼ਨ ਨਹੀਂ, ਮੇਰੇ ਨਾਂ 'ਤੇ ਕੋਈ ਕਮਰਾ ਨਹੀਂ। ਉਹ ਯੂਨੀਵਰਸਿਟੀ 'ਚ ਵੜ ਕੇ ਦਿਖਾਵੇ, ਉਸ ਸਾਲੇ ਲਈ ਜੇਲ੍ਹ ਕੱਟਿਆ ਸੀ। ਘਟੀਆ ਇਨਸਾਨ। ਫੋਨ ਮਿਲਾ। ਚਲੋ ਇਹਨੂੰ ਚਾਬੀਆਂ ਦੇ ਕੇ ਹੀ ਆਈਏ। ਚਲੋ
हाँ जी प्रेसिडेंट साहब आजो चाबियां ले जाओ रूम दियां। नहीं वीरे मेरी कोई गलती नहीं, बस वो बीसीओ नहीं मन्ने। मैं कुछ कहा? तेरे दफ्तर च बैठा। ओ नहीं वीरे मेरी गल तां सुनो, बीसी ने बहुत जोर पाए भाई, मैं की करा, मैं तां फसया होया। ਜਿੰਨਾ ਚਿਰ ਗਾਂਧੀ ਯੂਨੀਵਰਸਿਟੀ ਰਿਹਾ ਮਨਿੰਦਰ ਯੂਨੀਵਰਸਿਟੀ ਨਹੀਂ ਵੜਿਆ, ਫਿਰ ਉਹ ਜਾ ਕੇ ਭਲਵਾਨਾਂ ਨਾਲ ਰਲ ਗਿਆ ਜਿਨ੍ਹਾਂ ਨਾਲ ਸਾਡੀ ਪਹਿਲਾਂ ਤੋਂ ਲਾਗ ਡਾਟ ਸੀ। ਜਿਵੇਂ ਸਿਆਣੇ ਕਹਿੰਦੇ ਆ, ਦੁਸ਼ਮਣ ਦਾ ਦੁਸ਼ਮਣ ਦੋਸਤ। ਹਾਂ ਓਏ ਦੱਸ ਕਦੋਂ ਆਵੇ ਤੇਰਾ ਬਾਪ? ਸੁਣਿਆ ਬੋਲਦਾ ਕਿਵੇਂ ਆ? ਆ ਜਾ ਫਿਰ ਹੁਣੇ ਆ ਜਾ, ਪਤਾ ਲੱਗ ਜੂ ਕੌਣ ਕਿਹਦਾ ਪਿਓ ਆ। ਲੈ ਹੋ ਜਾ ਤਿਆਰ, ਆ ਗਿਆ ਤੇਰੀ ਮਾਂ ਦਾ ਖਸਮ। ਮਾਰਨਾ ਥੋੜ੍ਹੀ ਆ, ਹਵਾ ਕੱਢਣੀ ਸੀ ਸਾਲੇ ਦੀ, ਕੱਢਤੀ। ਓਹੋ ਲਿਆ ਭੋਲੇ ਬੋਤਲ, ਗਲਾਸ ਤਾਂ ਧੋਲੀਏ ਬਾਈ। ਉਹ ਆਪਣੀ ਆ ਰਾਤ ਵਾਲੇ, ਐਂ ਕੀ ਹੁੰਦਾ।
ਲੋਕਾਂ ਦੀਆਂ ਕੁੜੀਆਂ ਨਿਕਲ ਜਾਂਦੀਆਂ ਤਾਂ ਵੀ ਜਿਉਂਦੇ ਆ, ਤੂੰ ਗਿੱਟਾ ਨਿਕਲ ਤੇ ਮਰ ਗਿਆ ਚੱਲ। ਜਿਹਨੂੰ ਲੋਕ ਬਦਮਾਸ਼ ਕਹਿੰਦੇ ਆ। ਓ ਮਾਂ ਗੌਰ ਨਾਲ ਦੇਖ, ਤੈਨੂੰ ਮੈਂ ਬਦਮਾਸ਼ ਲੱਗਦਾ? ਉਹ ਤਾਂ ਮੈਨੂੰ ਪਤਾ ਪੁੱਤ, ਚੰਗਾ ਮੁੰਡਾ, ਮੈਂ ਤਾਂ ਤੈਨੂੰ ਮਖੌਲ ਕਰਦੀ ਸੀ। ਬੇਬੇ ਤੂੰ ਤਾਂ ਸਿਰੇ ਹੀ ਲਾ ਦੀ। ਬੇ ਪੁੱਤ ਚਾਹ ਜ਼ਰੂਰ ਪੀ ਕੇ ਜਾਇਓ। ਬੇਬੇ ਬਦਮਾਸ਼ ਨੂੰ ਚਾਹ ਪੁੱਛਦੀਆਂ, ਪੁਲਿਸ ਫੜ ਕੇ ਲੈ ਜੂ, ਦੇਖ ਲਾ ਖਾੜਕੂ ਬਾਦ ਵੇਲੇ ਪੁਲਿਸ ਨੇ ਕੀ ਕਰਿਆ। ਕੋਈ ਨਾ ਪੁੱਤ, ਕੁਛ ਨਹੀਂ ਹੁੰਦਾ। ਬੇਬੇ ਆ ਭੈਣ ਦਾ ਵਿਆਹ ਨਹੀਂ ਹੋ ਗਿਆ ਸੀ ਪਿਛਲੇ ਸਾਲ? ਕੀ ਦੱਸਾਂ ਪੁੱਤ, ਘਰ ਵਾਲੇ ਨੇ ਛੱਡਤੀ, ਦਾਜ ਮੰਗਦਾ ਸੀ, ਗਰੀਬ ਦੀ ਕੌਣ ਸੁਣਦਾ। ਮਾਂ ਤੂੰ ਦੱਸਿਆ ਕਦੋਂ ਨਹੀਂ ਪਹਿਲਾਂ ਮੈਨੂੰ? ਕੀ ਦੱਸਦੇ ਪੁੱਤ, ਸਾਡੀ ਕਿਸਮਤ ਹੀ ਮਾੜੀ ਹੈ, ਮਸਾਂ ਵਿਆਹੀ ਸੀ। ਮਾਂ ਮੈਨੂੰ ਉਹਦਾ ਨੰਬਰ ਤੇ ਪਿੰਡ ਦੱਸ ਕਿਹੜਾ। ਪੋਤਾ ਨੰਬਰ ਲਿਖ ਕੇ ਦੇਈ। ਭੈਣੇ ਤੇਰਾ ਭਰਾ ਜਿਉਂਦਾ ਹੈ? ਮੈਂ ਹੈਗਾ ਹਾਲੇ। ਚੰਗਾ ਬੇਬੇ, ਫਿਕਰ ਨਾ ਕਰੀ। ਚੰਗਾ ਬੇਬੇ, ਸਤਿ ਸ਼੍ਰੀ ਅਕਾਲ। ਗਾਂਧੀ ਨੇ ਇੱਕ ਫੋਨ ਕੀਤਾ ਬਸ, ਤੇ ਅੱਜ ਤੱਕ ਉਹ ਕੁੜੀ ਆਪਣੇ ਸਹੁਰੇ ਘਰ ਸੁਖੀ ਵੱਸਦੀ ਆ। ਅਜਿਹੇ ਉਹਨੇ ਇੱਕ ਨਹੀਂ ਕਈ ਮਸਲੇ ਸੁਲਝਾਏ। ਹੋਰ ਭੋਲਿਆ? ਵਧੀਆ ਵਧੀਆ। ਤੂੰ ਕਿੱਥੇ ਸੀ? ਮੈਂ ਗਲੀਆਂ 'ਚ ਹੀ ਭੱਜ ਕੇ ਆਇਆ, ਸਾਲੇ ਸਪਾਟੇ ਜਿਹੇ ਨੇ ਡੰਡਾ ਮਾਰਨਾ ਸੀ ਇੱਕ ਨੇ ਮੇਰੇ। ਭੱਜਦੇ ਬਹੁਤ ਨੇ ਇਹਨਾਂ 'ਚ ਸਪਾਟੇ 'ਚ। ਬੜਾ ਭੱਜਦੇ ਨੇ ਬਾਈ। ਉਹ ਮੰਜਾ ਤਾਂ ਚੱਕ ਲੈਂਦੇ? ਉਹ ਮੇਰੇ ਤੋਂ ਨਹੀਂ ਚੱਕਿਆ ਜਾਂਦਾ ਯਾਰ, ਭੱਜ ਭੱਜ ਬਸ ਤੋਂ ਹੀ ਪਈ ਆ। ਮੈਂ ਤਾਂ ਬਾਥਰੂਮ 'ਚ ਹੀ ਲੁੱਕ ਗਿਆ ਸੀ। ਅੱਛਾ, ਹੋਰ ਕਿਹੜਾ ਭੱਜਦਾ? ਵਧੀਆ ਰਿਹਾ ਤੂੰ। ਤੂੰ ਕਿੱਥੇ ਸੀ ਵਾ? ਗਲੀਆਂ 'ਚ ਭੱਜਦਾ ਸੀ, ਹੋਰ ਕਿੱਥੇ ਸੀ? ਬਾਕੀ ਕਿੱਥੇ ਨੇ? ਆ ਗਿਆ ਪਿੰਡਾ ਤਾਂ ਆ ਗਿਆ। ਆ ਬਾਈ ਆ ਗਿਆ। ਬਚ ਗਿਆ ਭੋਲਿਆ? ਕਿੱਦਾਂ ਬਾਈ? ਹੋਰ ਬਾਈ ਠੀਕ ਆ? ਕਿਵੇਂ ਬਚਿਆ?
ਮੈਂ 100 ਰੁਪਈਆ ਦੇ ਕੇ ਕਿਹੜਾ ਚੜਾਇਆ ਉਹਦਾ ਸਾਲੇ ਨੇ ਪਕਾਈ ਵੀ ਕਰਾਈ ਸੱਤੇ ਜੀ ਬਚ ਗਿਆ ਤੂੰ ਆ ਗਏ ਬਈ ਬਈ ਤੈਨੂੰ ਕੀ ਹੋ ਗਿਆ ਲੰਘ ਜਾ ਮਾਰਦਾ ਉਹਨਾਂ ਬਸ ਬਈ ਗੱਟਾ ਨਿਕਲ ਗਿਆ ਸੀ ਐਸਐਸਪੀ ਮਾਸੜ ਕਹਿੰਦਾ ਹੀ ਸੀ ਵੀ ਡਿਪਟੀ ਭੈੜਾ ਹੈ ਖਿਆਲ ਰੱਖਿਓ ਆਪਾਂ ਤਾਂ ਬਈ ਸ਼ਿਮਲਾ ਹੀ ਸਾਂਭੂ ਹੁਣ ਸ਼ਿਮਲਾ ਤੈਨੂੰ ਤਾਂ ਸਾਂਭ ਲੂ ਤੇ ਸਾਨੂੰ ਯਾਰ ਤੂੰ ਤੀਜੇ ਦਿਨ ਹੀ ਸ਼ਿਮਲੇ ਤੁਰਿਆ ਰਹਿਣਾ ਔਰਤ ਜਾਤ ਨੇ ਮਹਾਂਭਾਰਤ ਕਰਾਤੀ ਸੀ ਉਹ ਬਈ ਇਹ ਲੈ ਕੇ ਬਹਿ ਜਾਂਦੀਆਂ ਉਹ ਛੱਡ ਯਾਰ ਇਹ ਉਸੇ ਜੋਗਾ ਹੀ ਰਹਿ ਗਿਆ ਹੁਣ ਉਹ ਤੂੰ ਜਾ ਯਾਰ ਸ਼ਿਮਲੇ ਜਾ ਆਪਦਾ ਪਿਆਰ ਨਿਭਾ ਚੰਗਾ ਯਾਰ ਨਹੀਂ ਤਾਂ ਨਾ ਸਹੀ ਫਿਰ ਯਾਰ ਤਾਂ ਚੱਲੇ ਪਿਆਰ ਕਰਦੀ ਆ ਨਾ ਮੈਨੂੰ ਕਦੇ ਛੱਡਦੀ ਤਾਂ ਨਹੀਂ ਕਭੀ ਨਹੀਂ ਕਭੀ ਵੀ ਨਹੀਂ अच्छा जब तुम हिंदी पंजाबी में बात करते हो ना बहुत अच्छे लगते हो क्यों हम नहीं लगता अच्छा नहीं अच्छे तो तुम वैसे ही हो एक बारी करिए आजा पारी नहीं क्यों ऐसे ही यार एक गल नहीं समझ आती मेनू जब मैं सैड होता हूँ तो गले लगाती हो जब हैप्पी तो दूर भगाती हो ਐ ਥੋੜੀ ਹੁੰਦਾ ਯਾਰ ਕਰਨਾ ਕਿਆ ਪਾਰੀ ਅੱਛਾ ਬਲੈਕਮੇਲ ਅੱਛਾ ਕਰਦੇ ਹੋ ਤੁਮ ਯਾਰ ਤੈਨੂੰ ਮੈਂ ਬਲੈਕਮੇਲ ਕਰਨ ਵਾਲਾ ਲੱਗਦਾ ਸ਼ਕਲ ਤਾਂ ਦੇਖ ਮੇਰੀ ਇਹ ਤਾਂ ਪਿਆਰ ਕਰਨ ਵਾਲਾ ਫੇਸ ਹੈ ਕਰਨਾ ਨਹੀਂ ਚੱਲ ਮੈਂ ਅੱਖਾਂ ਬੰਦ ਕਰ ਲੈਣਾ अरे अच्छा चलो आंखें बंद करो पक्का इस बार खोलना मत बोला सड़ा कबाब छड़ी गल करू पुठी फोन करू गलत टाइम एक मिनट आया हां बोले बोल हां किथे तैं की लेना यार तू काम दस की आ ओ गांधी वीर चक लिया पुलिस ने आणा बैठा तेनू हुण केड़े बरचे च जेड़ा फतेहगढ़ डीआईजी दा मुंडा नहीं सी कुटिया चल आया यार सॉरी यार जाना पैणा लेकिन हुआ क्या है यार ਬਹੁਤ ਜ਼ਰੂਰੀ ਕੰਮ ਤੋ ਫਿਰ ਡੈਡ ਸੇ ਕਬ ਮਿਲੋਗੇ ਸਾਡੇ ਕਾਲਜ ਦੀ ਇਲੈਕਸ਼ਨ ਤੋਂ ਬਾਅਦ ਵੀਰੇ ਥੋੜਾ ਜਿਹਾ ਧਿਆਨ ਰੱਖਿਆ ਕਰ ਕਾਹਦਾ ਧਿਆਨ ਕੱਲਾ ਨਾ ਜਾਇਆ ਕਰ ਯਾਰ ਓਏ ਉਹਨਾਂ ਨੂੰ ਜਾਣ ਨਹੀਂ ਪਿਆਰੀ ਕਿਹੜਾ ਹੱਥ ਪਾ ਲੂ ਯਾਰ ਤੁਸੀਂ ਤਾਂ ਐਵੇਂ ਮੋਕ ਮਰੀ ਜਾਂਦੇ ਹੋ ਜਾਣਦਾ ਤੈਨੂੰ ਵੱਡੇ ਹਰੀ ਸਿੰਘ ਨਲੂਏ ਨੂੰ ਉਹ ਕੁਛ ਨਹੀਂ ਹੁੰਦਾ ਹੁਣੇ ਅੰਦਰੋਂ ਬਾਹਰ ਆਇਆ ਯਾਰ ਲੈਕਚਰ ਨਾ ਦਿਓ ਬਸ ਭੋਲੇ ਹਾਂਜੀ ਸੁਣਾ ਕੋਈ ਗੱਲਬਾਤ ਲਓ ਸੁਣੋ ਫਿਰ ਇੱਕ ਵਾਰੀ ਇੱਕ ਬੰਦਾ ਹੁੰਦਾ ਉਹ ਗੱਡੀ 'ਚ ਬੈਠਾ ਜਾਂਦਾ ਹੁੰਦਾ ਧਿਆਨ ਨਾਲ ਸੁਣੋ ਉਹ ਕਹਿੰਦਾ ਬਈ ਗੱਡੀ ਰੋਕੋ ਮੈਂ ਬਾਥਰੂਮ ਜਾਣਾ ਉਹ ਚੱਲ ਅੱਗੇ ਹੁਣ ਓਏ ਅੱਗੇ ਕੀ ਤੁਸੀਂ ਗੱਡੀ ਰੋਕੋ ਮੈਂ ਸੱਚੀ ਜਾਣਾ ਸਾਲਾ ਇਹਨੂੰ ਠੋਕੋ ਓਏ ਇਹ ਚੁਟਕਲਾ ਸੁਣਾ ਨਹੀਂ ਲਾ ਗਿਆ ਹੋਰ ਬਈ ਕਿਵੇਂ ਲੰਘਿਆ ਟਾਈਮ ਜੇਲ੍ਹ 'ਚ ਠੀਕ ਹੈ ਅੱਜ ਆ ਕੇ ਫਿਰ ਚਲੇ ਜਾਣਾ 4 ਕੁ ਦਿਨਾਂ ਨੂੰ ਆਪਾਂ ਫਿਰ ਤਾਂ ਨਹਣ ਕੇ ਆਪਣੇ ਗੱਲ ਤਾਂ ਤੇਰੀ ਠੀਕ ਹੈ ਭਾਰ ਵੱਧ ਗਿਆ ਯਾਰ ਸੜਾ ਮੌਸਮ ਵੀ ਵਧੀਆ ਅੱਜ ਤਾਂ
ਵੀਰੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ, ਮੈਂ ਸਤਵੰਤ ਸਿੰਘ ਦਾ ਮੁੰਡਾ ਹਾਂ। ਕਿਹੜਾ ਸਤਵੰਤ ਸਿੰਘ? ਉਹੀ ਜਿਹਦਾ ਯਾਰ ਡੈਡੀ ਆਪਾਂ ਨੂੰ ਜੇਲ੍ਹ 'ਚ ਰੋਟੀ ਦੇ ਕੇ ਆਉਂਦਾ ਹੁੰਦਾ। ਵੀਰੇ ਇੱਕ ਕੰਮ ਸੀ, ਇੱਕ ਮੁੰਡਾ ਬਹੁਤ ਤੰਗ ਕਰਦਾ। ਉਹ ਯਾਰ ਹੁਣ ਤਾਂ ਇਹਦੀ ਜ਼ਮਾਨਤ ਕਰਾ ਕੇ ਲਿਆ ਆ। ਹੈਂ, ਤੂੰ ਗੱਲ ਦੱਸ ਕੀ ਆ? ਵੀਰੇ ਇੱਕ ਮੁੰਡਾ ਮੇਰੇ ਚਾਚੇ ਦੀ ਕੁੜੀ ਨੂੰ ਬਹੁਤ ਤੰਗ ਕਰਦਾ। ਚਲ ਬੈਠ ਗੱਡੀ 'ਚ। ਸੱਚੋ ਨਹੀਂ, ਮੈਨੂੰ ਤਾਂ ਤੂੰ ਸਾਲਿਆ DGP ਲੱਗਦਾ। ਕਹਿੰਦਾ ਮੈਂ SHO ਆ। ਬਾਈ ਉਹ ਸੱਚੀ ਮੌਕੇ ਦਾ SHO ਆ। ਉਹ ਤੂੰ ਕਮਲਾ ਹੋਇਆ ਦੱਸਣਾ ਤਾਂ ਸੀ। ਉਹ ਤਾਂ ਬਾਈ ਕੰਮ ਹੀ ਗਲਤ ਹੋ ਗਿਆ। ਚੱਲ ਕੋਈ ਨਾ, ਫਿਕਰ ਕਾਹਤੋਂ ਕਰਦੇ ਹੋ, MLA ਰਗੜ ਕੇ ਜ਼ਖਮ 'ਤੇ ਲਾਉਣਾ, ਉਹਨੂੰ ਕਰਦੇ ਆ ਫੋਨ। ਉਹ ਬਾਈ ਦੇ ਹੁੰਦੇ ਕੀ ਲੋੜ ਆ ਫਿਕਰ ਕਰਨ ਦੀ। ਬਾਈ ਅਗਲੇ ਪਿੰਡ ਲਾ ਦਿਓ ਮੈਨੂੰ। ਲਿਆ ਵੀ ਦੋ ਗਲਾਸ। ਸਾਲਾ ਬੰਦੂਕ ਤਾਂ ਐਂ ਲੈ ਕੇ ਆਇਆ ਸੀ ਜਿਵੇਂ ਪਤਾ ਨਹੀਂ ਕੀ ਪਹਾੜ ਢਾ ਦੂ। ਸਾਲਾ ਮੌਕੇ ਦਾ SHO ਕੁੱਟਤਾ। ਉਹ ਫੋਨ ਡਾਇਰੈਕਟਰੀ, ਫੋਨ ਮਿਲਾ MLA ਨੂੰ। ਹੈਲੋ। ਹਾਂ ਜੀ MLA ਸਾਹਿਬ, ਸਾਤੋਂ SHO ਕੁੱਟਿਆ ਗਿਆ। ਕੀ ਮਤਲਬ? ਮਤਲਬ ਕੀ ਕੁੱਟਿਆ ਗਿਆ? ਬਸ ਕੁੱਟਿਆ ਗਿਆ, ਗੱਲ ਮੁੱਕ ਗਈ। ਮੈਂ ਕੀ ਕਰਾਂ, ਮੈਥੋਂ ਪੁੱਛ ਕੇ ਕੁੱਟਿਆ ਸੀ। ਮੈਂ ਕੀ ਕਰਾਂ, ਅਸੀਂ ਕੀ ਨਹੀਂ ਕੀਤਾ। ਗੱਲ ਸੁਣ ਓਏ, ਆਪਣੀ ਔਕਾਤ 'ਚ ਰਹਿ। ਜਦੋਂ ਤੱਕ ਮੇਰਾ ਹੱਥ ਤੇਰੇ 'ਤੇ ਆ ਉਦੋਂ ਤੱਕ ਹੀ ਗਾਂਧੀ ਗਾਂਧੀ ਆ। ਜਿੱਥੇ ਹੱਥ ਚੱਕ ਲਿਆ ਧੋਬੀ ਦੇ ਕੁੱਤੇ ਵਾਲੀ ਹੋ। ਕੋਈ ਗੱਲ ਨਹੀਂ MLA ਸਾਹਿਬ, ਕੋਈ ਗੱਲ ਨਹੀਂ, ਇਲੈਕਸ਼ਨਾਂ ਤਾਂ ਫੇਰ ਆਉਣਗੀਆਂ। ਜਦੋਂ ਸਾਲਾ ਕੰਮ ਹੁੰਦਾ ਉਦੋਂ ਫੋਨ 'ਤੇ ਫੋਨ, ਇਹ ਨਹੀਂ ਕੰਮ ਕਰਦਾ ਆਪਣਾ। ਆਪਣੇ 'ਚ ਹੀ ਕਿਸੇ ਨੂੰ MLA ਬਣਨਾ ਪਊ। ਤ੍ਰਿਲੋਕ ਦੀ ਗੱਲ ਜਮਾਂ ਸਹੀ ਆ ਬਾਈ। ਯਾਰ ਮਾਂ ਨੂੰ ਮਿਲੇ ਨੂੰ ਬਹੁਤ ਚਿਰ ਹੋ ਗਿਆ। ਸੋਚਦੇ ਹਾਂ ਤੁਹਾਡੀ ਗੱਲ ਬਾਰੇ ਵੀ। ਹੂੰ।
माँ माँ सदके आ गया मेरा पुत। वे पुत वे किवें है तू है जमा ठीक तेरे सामने देख नी मेरा लाल। चल माँ मैं भी रोटी खाऊं। वे पुत बह जा इत्थे बथेरियां रोटियां लहुणे दिनी आ। ਮਾਂ ਬਹੁਤ ਭੁੱਖ ਲੱਗੀ ਆ। ਲੈ ਪਹਿਲਾਂ ਪੁੱਤ ਰੋਟੀ ਦਿੰਦੀ ਆ ਤੈਨੂੰ ਮੈਂ। ਭੁੱਖ ਲੱਗੀ ਸੀ ਮੇਰੇ ਪੁੱਤ ਨੂੰ। ਪਤਾ ਨਹੀਂ ਕਦੋਂ ਕਦਾ ਭੁੱਖਾ ਤੁਰਿਆ ਫਿਰਦਾ ਹੋਏਗਾ। ਮਾਂ ਹਾਂ ਮੈਂ ਤੈਨੂੰ ਪਿਆਰ ਵੀ ਬਹੁਤ ਕਰਦਾ ਤੇ ਤੈਨੂੰ ਤੰਗ ਵੀ ਪੂਰਾ ਕਰਦਾ। ਮਾਫ ਕਰ ਦੀ ਮੈਨੂੰ। ਓਏ ਪੁੱਤ ਹਾ ਲੜਾਈ ਝਗੜੇ ਛੱਡ ਦੇ। ਤੇਰੇ ਅਰਗੇ ਮੁੰਡੇ ਤਾਂ ਮਾਵਾਂ ਘਰ ਘਰ ਚਾਹੁੰਦੀਆਂ ਨੇ। ਮਾਂ ਮੈਂ ਕਿਹੜਾ ਜ਼ਮੀਨਾਂ ਦੱਬਦਾ ਲੋਕਾਂ ਦੀਆਂ। ਬਸ ਆ ਧੱਕਾ ਜਿਹਾ ਨਹੀਂ ਦੇਖਿਆ ਜਾਂਦਾ ਮੇਰੇ ਕੋਲੋਂ ਕਿਸੇ ਨਾਲ। ਵੇ ਆ ਲੋਕ ਪਤਾ ਨਹੀਂ ਤੈਨੂੰ ਕੀ ਕੀ ਕਹਿੰਦੇ ਨੇ। ਲੋਕ ਭਾਵੇਂ ਮੈਨੂੰ ਜੋ ਕੁਛ ਮਰਜ਼ੀ ਕਹੀ ਜਾਣ ਪਰ ਤੂੰ ਕਦੇ ਮੈਨੂੰ ਮੈਨੂੰ ਗਲਤ ਨਾ ਸਮਝੀ। ਲੈ ਦੱਸ ਮੈਂ ਭਲਾ ਆਪਦੇ ਪੁੱਤ ਨੂੰ ਗਲਤ ਕਿਉਂ ਸਮਝੂੰਗੀ। ਮੈਂ ਕਿਤੇ ਕਮਲੀ ਆ। ਤੂੰ ਰੋਟੀ ਖਾ ਮੇਰਾ ਸ਼ੇਰ ਪੁੱਤ। ਲੱਸੀ ਦੇ। ਹਾਂ ਹਾਂ ਹੁਣੇ ਦਿੰਦੀ ਆ। ਮਾਂ ਮੈਂ ਤਾਂ SHO ਕੁੱਟਿਆ ਗਿਆ। ਹਾਏ ਹਾਏ ਵੇ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਐਵੇਂ ਨਾ ਕੁੱਟਮਾਰ ਕਰਿਆ ਕਰ ਪੁਲਿਸ ਵਾਲਿਆਂ ਨਾਲ। ਇਹ ਕਿਸੇ ਦੀ ਮਿੱਤ ਨਹੀਂ ਹੁੰਦੀ। ਉਹ ਮਾਂ ਮੈਨੂੰ ਕਿਹੜਾ ਪਤਾ ਸੀ ਵੀ ਉਹ SHO ਆ ਖੰਨੇ ਵਾਲਾ। ਵੇ ਪੁੱਤ ਵੇ ਮੈਂ ਤਾਂ ਸੁਣਿਆ ਜਿਹੜਾ SHO ਹੈ ਉਹ ਬਹੁਤ ਮਾੜਾ ਬੰਦਾ ਹੈ। ਮਾਂ ਹੁਣ ਤਾਂ ਜੋ ਹੋਣਾ ਸੀ ਹੋ ਗਿਆ। ਵੇ ਰੁਪਿੰਦਰ ਤੂੰ ਕਿਸੇ MLA ਜਾਂ ਮੰਤਰੀ ਨੂੰ ਕਹਿਣਾ ਸੀ। ਕੋਈ ਨਹੀਂ ਬਾਹ ਫੜਦਾ। ਵੇ ਤਾਂ ਹੀ ਤਾਂ ਤੈਨੂੰ ਕਹਿੰਨੀ ਆ ਅੱਗੇ ਵੀ ਇਹਨਾਂ ਲੀਡਰਾਂ ਨੇ ਕਈ ਜਵਾਨ ਮਰਵਾਏ ਨੇ ਕਦੇ ਧਰਮਾਂ ਦੇ ਨਾਂ ਤੇ ਆ ਕਦੇ ਪਾਰਟੀਬਾਜ਼ੀ ਦੇ ਨਾਂ ਤੇ। ਆਪ ਤਾਂ ਇਹਨਾਂ ਦੇ ਜਵਾਕ ਪੜ੍ਹਦੇ ਨੇ ਕੈਨੇਡਾ ਅਮਰੀਕਾ 'ਚ। ਵੇ ਤੂੰ ਬਚ ਕੇ ਰਹੀ ਇਹਨਾਂ ਤੋਂ ਛੱਡ ਦੇ ਇਹ ਲੜਾਈ ਝਗੜੇ। ਉਹ ਕੋਈ ਨਾ ਮਾਂ ਤੇਰਾ ਪੁੱਤ ਸਰਪੰਚ ਬਣੂ ਪਿੰਡ ਦਾ ਫੇਰ ਬਣੂ MLA। ਲੈ ਹੋਰ ਪਾ। ਉਹ ਨਾ ਬਸ ਮਾਂ ਚੰਗਾ ਮੈਂ ਚੱਲਦਾ। ਵੇ ਪੁੱਤ ਦੋ ਕੁ ਦਿਨ ਤਾਂ ਰਹਿ ਜਾ ਮਾਂ ਕੋਲ। ਉਹ ਮਾਂ ਮੈਂ ਗਿਆ ਤੇ ਆਇਆ। ਮਾਂ ਪੈਸੇ ਦੇਈ ਥੋੜੇ ਜਿਹੇ। ਲੈ ਪੁੱਤ ਪੈਸੇ ਬਥੇਰੇ ਪੈਸੇ ਪਿਆਰੇ ਨੇ ਤੇਰੇ ਤੋਂ ਮੈਨੂੰ ਦੱਸ ਕਿੰਨੇ ਚਾਹੀਦੇ ਨੇ। ਪਰ ਇੱਕ ਗੱਲ ਹੈ ਜਿਹੜੀ ਗੱਲ ਤੈਨੂੰ ਮੈਂ ਕਹੀ ਹੈ ਨਾ ਦਿਮਾਗ 'ਚ ਰੱਖ। ਉਹ ਮਾਂ ਤੂੰ ਫਿਕਰ ਨਾ ਕਰ ਚੰਗਾ ਖਿਆਲ ਰੱਖੀ ਆਪਣਾ। ਚੰਗਾ ਮੇਰਾ ਪੁੱਤ। ਦਸ ਦਿਨ ਹੋ ਗਏ ਸਾਲੇ ਨੇ FIR ਦਰਜ ਨਹੀਂ ਕਰਵਾਈ। ਉਹ ਬਹੁਤ ਕੁੱਤਾ ਬੰਦਾ ਉਹ। ਉਹ ਬੰਦੇ ਮਰਨਗੇ ਹੁਣ। ਕਿਸੇ ਨੂੰ ਕੁਛ ਨਹੀਂ ਹੁੰਦਾ ਜੇ ਸਾਲੇ ਮਾਰਨਗੇ ਤਾਂ ਮੈਨੂੰ। ਵੀਰ ਬਣ ਕੇ ਇਕੱਲਾ ਨਾ ਜਾਇਆ ਕਰ। ਉਹ ਜੋ ਹੋਣਾ ਹੁੰਦਾ ਨਾ ਉਹ ਹੋ ਕੇ ਰਹਿੰਦਾ ਪਿੰਡਿਆ। ਜੇ ਸਾਲਾ ਬੰਦਾ ਹੁਣ ਰੇਲ ਗੱਡੀ ਮੂਹਰੇ ਖੜ ਜੇ ਮਰੂਗਾ ਕਿ ਨਹੀਂ ਦੱਸ। ਹੈ ਮੂਹਰੇ ਖੜਾ ਹੋ ਜਾ ਗੱਡੀ ਕਿਹੜਾ ਨਾ ਰੁਕਦਾ ਮੈਂ। ਬਹਿ ਜਾ ਬਹਿ ਜਾ ਬਹਿ ਜਾ ਹਾਂ ਬਹਿ ਜਾ ਹਾਂ ਬਹਿ ਜਾ। ਸਾਲਾ ਫਿਲਮੀ ਡਾਇਲੋਗ ਬੋਲਣ ਦਾ ਕੋਈ ਫਾਇਦਾ ਹੈ। ਗਾਂਧੀ ਨੂੰ ਕੋਈ ਮਾਰ ਤਾਂ ਸਕਦਾ ਮਿਟਾ ਨਹੀਂ ਸਕਦਾ। ਲੋਕਾਂ ਦੇ ਦਿਲਾਂ ਤੇ ਲਿਖਿਆ ਗਿਆ ਗਾਂਧੀ। ਬਈ ਮਰਨਾ ਵੀ ਕਿਉਂ ਹੈ
तू बह मैं चिकन लेके आया। जिस वेले चुल्ले दे पतीला खड़ गया सुनिया शरीर विच जंद सड़ गया। मैं जिंदगी जीनी है कटनी नहीं। सही गल है भाई। सच तो MLMP दी वाइफ कोले गया सी की कहंदी? गया सी। तैनू पता है जदों कोई लीडर ना लभे तां मसले बीबी जी हल करदी है। मैं सिक्योरिटी वालों नूं कहा बीबी जी नूं बुलाओ। गांजी आया। सत श्री अकाल जी। सत श्री अकाल। आओ बेटा बैठो। इलेक्शन वेले तां MP साडे अगे पिछे पूछ लाउंदा फिरदा है। ਹੁਣ ਜਦ ਸਾਨੂੰ ਲੋੜ ਹੈ ਤਾਂ ਫੋਨ ਨਹੀਂ ਚੱਕਦਾ। ਅਸੀਂ ਉਹ ਜਿਤਾਇਆ ਹੈ। ਕੋਈ ਨਾ ਹੁਣ MP ਬਣ ਕੇ ਦਿਖਾਵੇ। ਕੋਈ ਨਾ ਬੇਟਾ ਕਹੂੰਗੀ ਮੈਂ ਉਹਨਾਂ ਨੂੰ ਚੱਕਣ ਕੇ ਤੇਰੇ ਕੋਲ। ਇਹਦੇ 'ਚ ਉਹਦਾ ਹੀ ਫਾਇਦਾ ਹੈ। ਬਈ ਨਾਲ ਕੌਣ ਸੀ? ਕੱਲਾ ਜੱਟ 125,000। ਬਈ ਹੱਥ ਜੋੜੇ ਤੇਰੇ ਮੂਹਰੇ। ਕੱਲਾ ਨਾ ਜਾਇਆ ਕਰ। ਉਹ ਜਲ ਨਹੀਂ ਜਾਂਦਾ ਯਾਰ। ਉਹ ਤੇਰੀ ਲਵ ਸਟੋਰੀ ਜੀ ਕਿੱਥੇ ਤੱਕ ਪਹੁੰਚੀ ਹੋਏ? ਇੱਕ ਬੈਗ ਲਾ ਕੇ ਦੱਸਦਾ, ਇੱਕ ਹੋਰ ਲਾਊਂ ਬਸ। ਦੱਸ ਦੇ ਬਸ। ਲੈ ਬਈ ਹੁਣ ਸੁਣਾ ਤੇਰੀ ਲਵ ਸਟੋਰੀ। ਬਈ ਮੈਨੂੰ ਕਹਿੰਦੀ ਡੈਡੀ ਨਾਲ ਮਿਲਾਉਣਾ ਤੈਨੂੰ। ਨਾ ਤੂੰ ਕੀ ਕਹੇਗਾ ਵੀ ਮੈਂ ਗਾਂਧੀ ਗਰੁੱਪ ਦਾ ਚਮਕਦਾ ਹੋਇਆ ਸਿਤਾਰਾ। ਲਾਲਾ ਜੀ ਆਪਣੀ ਕੁੜੀ ਮੈਨੂੰ ਦੇ ਦਿਓ। ਹੈ ਮੈਂ ਜਾਊਂ ਟੋਰ ਕੱਢ ਕੇ ਤਿਆਰ ਹੋ ਕੇ। ਆ ਕੱਪੜਿਆਂ ਕੁੱਪੜਿਆਂ 'ਚ ਤਾਂ ਤੂੰ ਉਲਝਾ ਲੇਗਾ, ਪਰ ਜਦ ਬੋਲੇਗਾ ਫਿਰ ਮੈਂ ਬਈ ਅੰਗਰੇਜ਼ੀ 'ਚ ਗੱਲ ਕਰੂੰ। ਅੰਗਰੇਜ਼ੀ ਨਾ ਪੇਪਰਾਂ ਪੂਪਰਾਂ 'ਚ ਤਾਂ ਠੀਕ ਰਹਿੰਦੀ ਹੈ, ਜਦ ਬੋਲਣੀ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ। ਕੀ ਬੋਲਣਾ ਦੱਸ? ਕੁਛ ਵੀ ਯਾਰ। ਐਂ ਕੁਛ ਵੀ ਕੋਈ ਥੋੜ੍ਹੀ ਬੋਲ ਸਕਦਾ ਬਈ। ਲੈ ਯਾਰ ਹੱਦ ਕਰਦਿਆਂ ਤੂੰ ਯਾਰ। ਯਾਰ ਅੰਗਰੇਜ਼ ਵੀ ਤਾਂ ਸਾਲੇ ਬਿਨਾਂ ਮਤਲਬ ਤੋਂ ਬੋਲੀ ਜਾਂਦੇ ਆ। ਲੈ ਥੋੜ੍ਹੀ ਹੁੰਦਾ ਯਾਰ। ਯਾਰ ਇੱਕ ਮਿੰਟ, ਪਹਿਲਾਂ ਤੇਰੀ ਰਿਹਰਸਲ ਕਰਾਉਣਾ ਮੈਂ। ਇੱਕ ਮਿੰਟ। ਅੱਛਾ ਹੁਣ ਤੂੰ ਮੈਨੂੰ ਠਾਏਗਾ? ਖੜਾ ਹੋ। ਚੰਗਾ ਉਨਾ। ਤੂੰ ਮਾਰ ਕੋਲ ਖੜਾ ਹੋ ਜਾ ਚੱਪਲਾਂ ਨੂੰ। ਲੈ ਖੜਾ ਹੋ ਜਾ ਇੱਧਰ। ਹੈਲੋ ਅੰਕਲ ਜੀ। ਤੂੰ ਦੱਸਦਾ ਯਾਰ। ਆਜਾ। ਹੈਲੋ ਅੰਕਲ ਜੀ, ਮਾਈ ਨੇਮ ਇਜ਼ ਬਿੰਦਾ, ਆਈ ਬਿਲੋਂਗ ਟੂ ਗੰਨਾ। ਉਹ ਗੱਲ ਤਾਂ ਸੁਣ ਮੇਰੀ। ਤੂੰ ਗੱਲ ਸੁਣ। ਨਹੀਂ ਬਿਆ ਗੱਲ ਸੁਣ। ਮੈਂ ਨਾ ਆਪਣੇ ਬੰਦੇ ਦੀ ਬੇਇੱਜ਼ਤੀ ਹੁੰਦੀ ਨਹੀਂ ਦੇਖ ਸਕਦਾ। ਅੱਛਾ, ਤੂੰ ਆਪ ਕਰ ਸਕਦਾ? ਕਰ ਸਕਦਾ ਮੈਂ? ਕਰ ਸਕਦਾ ਕਿਸੇ ਸਾਹਮਣੇ ਤਾਂ ਨਹੀਂ ਕਰਦਾ ਯਾਰ। ਐਂ ਥੋੜ੍ਹੀ ਹੁੰਦਾ ਯਾਰ। ਮੈਂ ਸੁਣ ਲਾ, ਗੁੱਡ ਨਾਈਟ ਹੈ। ਹਾਂ ਬਾਬੇ ਜਾ। ਓਏ ਹਾਂ, ਤੈਨੂੰ ਨਹੀਂ ਦਿੰਦਾ ਲਾਲਾ ਕੁੜੀ? ਉਦੋਂ ਫੇਲ ਆ ਸਾਲਿਆ। ਮੈਂ ਲੈ ਜੂੰ ਆਪੇ ਬਾਈ, ਭਜਾ ਕੇ ਲੈ ਜੂੰ। ਹੈਲੋ। ਹੈਲੋ ਬਾਈ। ਹੈਲੋ ਬਾਈ, ਸਵੇਰੇ 11 ਵਜੇ ਗਿੱਲ ਬੱਤੀ ਵਾਲੇ ਥੜੇ ਤੇ ਆ। ਹਾਂ ਆ ਜਾਵਾਂਗੇ। ਪੱਕਾ ਨਾ? ਆ ਜਾਵਾਂਗੇ।
ਉਹ ਬਿੰਦੇ ਉਹ ਬਿੰਦੇ ਹਾਂ ਚੱਲ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਚਲੋ ਵੀ ਆਜੋ ਵੀ ਆਜੋ ਬਈ ਤੁਸੀਂ ਜਾਇਓ ਯਾਰ ਅਸੀਂ ਨਹਾਤੇ ਨਹੀਂ ਧੋਤੇ ਨਹੀਂ ਠੀਕ ਜਿਹਾ ਨਹੀਂ ਲੱਗਦਾ ਯਾਰ ਵਾਹਿਗੁਰੂ ਮਾਫ ਕਰੀ ਦੱਸਦਿਆ ਭੁੱਲਿਆ ਜਾਂ ਬਾਬਾ ਜੀ ਨੂੰ ਬਾਹਰ ਹੀ ਬੁਲਾ ਲਿਆ ਠੀਕ ਹੈ ਜੋ ਗਿਆ ਤੂੰ ਨਹੀਂ ਗਿਆ ਅੰਦਰ ਇਹ ਤਾਂ ਹਾੜੀ ਸੌਣ ਹੀ ਜਾਂਦਾ ਬਾਈ ਉਹ ਯਾਰ ਚੱਲ ਮੈਂ ਤੁਹਾਡੇ ਕੋਲੇ ਖੜਾ ਹਾਂ ਕਿਉਂ ਸਾਲਾ ਸਾਨੂੰ ਕੁੱਤੇ ਪੈਂਦੇ ਆ ਅੱਛਾ ਕਿਉਂ ਮਖੌਲ ਕਰਦੇ ਹੋ ਯਾਰ ਹੋਰ ਦੱਸ ਤੇਰਨਾ ਕੀ ਕਰੀਏ ਚੁੱਪ ਕਰੋ ਗੁਰਦੁਆਰਾ ਸਾਹਿਬ ਮੂਹਰੇ ਖੜੇ ਹਾਂ ਹਾਂ ਦੱਸੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਇੱਕ ਅਲੋਸਮੈਂਟ ਕਰਾਉਣੀ ਆ ਕਾਹਦੀ ਭਾਈ ਮੈਂ ਸਰਪੰਚ ਬਣਨਾ ਜਿਹਨੂੰ ਵੀ ਕੋਈ ਦੁੱਖ ਤਕਲੀਫ ਹੈ ਮੇਰੇ ਨਾਲ ਆ ਕੇ ਗੱਲ ਕਰੇ ਮੈਂ ਥੜੇ ਤੇ ਬੈਠਾ ਕਰ ਦਿੰਦੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਰੁਪਿੰਦਰ ਸਿੰਘ ਸੁਪੁੱਤਰ ਸਰਦਾਰ ਹਰਦੇਵ ਸਿੰਘ ਜੋ ਕਿ ਪਿੰਡ ਦਾ ਸਰਪੰਚ ਬਣਨਾ ਚਾਹੁੰਦੇ ਹਨ ਉਹਨਾਂ ਵੱਲੋਂ ਕਿ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਗਿੱਲ ਪੱਤੀ ਵਾਲੇ ਥੜੇ ਤੇ ਬੈਠੇ ਹਨ ਉਹਨਾਂ ਕੋਲੇ ਆਪਣਾ ਇਤਰਾਜ਼ ਜਾਂ ਦੁੱਖ ਤਕਲੀਫ ਦੱਸ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਰਪੰਚ ਦਾ ਤੈਨੂੰ ਐਤਕੀ ਬਣਾ ਕੇ ਹੀ ਛੱਡਾਂਗੇ ਹਾਂ ਜਿਹੜਾ ਆ ਗਿਆ ਠੋਕ ਦੇਣਾ ਹਲੇ ਤੱਕ ਤਾਂ ਕੋਈ ਆਇਆ ਨਹੀਂ ਜਦ ਆਊਗਾ ਉਦੋਂ ਦੇਖਾਂਗੇ ਐਵੇਂ ਆਜੂਗਾ ਕੋਈ ਕਿਸੇ ਗੱਲ ਨਾਲ ਹੀ ਆਊ ਮੈਂ ਕਰਦਾ ਗੱਲ ਇਹਨਾਂ ਨਾਲ ਕਿੱਦਾਂ ਅਨਾਊਂਸਮੈਂਟ ਕੀਤੀ ਆ ਹੈਂ ਇਹ ਕਿਹੜਾ ਤਰੀਕਾ ਕੰਮ ਕਰਨ ਦਾ ਹਾਂ ਧੋਬੀਏ ਨੂੰ ਮੁੰਡਿਆਂ ਵਾਲੇ ਆਪਣੀਆਂ ਮਨ ਮਰਜ਼ੀਆਂ ਕਰਦੇ ਰਹਿੰਦੇ ਆ ਹੈਂ ਇੱਥੇ ਤਾਂ ਆਵਾ ਹੀ ਉੱਤਿਆ ਪਿਆ ਮੁੰਡੇ ਪਿੰਡ ਦੀਆਂ ਕੁੜੀਆਂ ਦੀਆਂ ਚੁੰਨੀਆਂ ਲਾਉਣ ਤੱਕ ਜਾਂਦੇ ਆ ਬਾਬਾ ਫਿਰ ਪੁਲਿਸ ਕੋਲ ਜਾਣਾ ਸੀ ਜੇ ਪੁਲਿਸ ਦੇ ਵੱਸ ਦੀ ਗੱਲ ਹੁੰਦੀ ਤੁਹਾਨੂੰ ਕਾਹਨੂੰ ਕਹਿੰਦੇ ਜਿਵੇਂ ਤੁਸੀਂ ਐਸ ਐਚ ਓ ਨੂੰ ਸਮਝਾਇਆ ਮੁੰਡਿਆਂ ਨੂੰ ਵੀ ਸਮਝਾਓ ਬਾਬਾ ਆਹ ਮਸਲਾ ਹੱਲ ਸਮਝ ਹੋਰ ਦੱਸ ਇੱਕ ਗੱਲ ਹੋਰ ਪੁੱਤਰਾ ਮੈਂ ਤੈਨੂੰ ਮੰਤਰੀ ਬਣਿਆ ਦੇਖਣਾ ਚਾਹੁੰਦਾ ਆਹ ਜਿਹੜੀ ਤੁਸੀਂ ਇੱਥੇ ਬਹਿ ਕੇ ਸਵਾਖੇ ਕਰਦੇ ਹੋ ਨਾ ਸਾਰੇ ਪਿੰਡ ਨੂੰ ਪਤਾ ਕੋਈ ਨਾ ਬਾਬਾ ਸਭ ਠੀਕ ਹੋ ਜੂ ਹੋ ਜੂ ਤੇ ਵਧੀਆ ਹੀ ਆ ਜਿਹੜੇ
डैड मैं कॉल करके आती हूँ। महाराज जी आप जी ने पार कृपा कीती है दातार जीओ सरदार पिंदरपाल सिंह जो के अपने पिंड दे सरपंच कर नौन दिया वै ताए सब थाई होए सहाय दसम पाशा गुरु ग्रंथ साहिब जी दे पाठ दीदार जी का ध्यान धरके पार होए सब रहेंगे बचे शरण जो वाहेगुरु जी का खालसा वाहेगुरु जी की बोलना जी सतनाम श्री वाहे गुरु जीओ भाई मैं जानना आपे हर एक रंग है आपे बोरंगी हेलो हाँ यार दस कहाँ पे हो यार वो आ गया बस की होया आ जाओ ना यार बैठो तुसी ऑर्डर ऑर्डर करो खान पीन दा डैड बहुत गुस्से में है वो तो डैडी नु ठंडी बियर पिया मैं पहुंचन लग गया बस ठंडा रखो नु ये भी ना बस मालूम है टाइम क्या हुआ है आ जाएगा ना डैड थोड़ी देर और वेट कर लेते हैं कितना पहले ही डेढ़ घंटा लेट है क्या बन के आ गया है पूरा पेंडू लगता है सिकाल जी सॉरी जी थोड़ा लेट हो गया कोई खास बात नहीं सिर्फ ढाई घंटे लेट हो ओ जी इलेक्शन सीगी अच्छा तो आप पॉलिटिक्स में भी इंटरेस्ट रखते हो बैके सिस्टम नु गाना कड्डन नालो सिस्टम खिलाफ लड़ना चाहिदा कि नहीं वो बात तो ठीक है पर लाइफ में करना क्या चाहते हो तुम फिलहाल तो ये चाय पीते हैं फिर सोचते हैं हेलो हेलो चाय है नहीं सर ऐ करा लेके आ ओके सर बोल के भी बता सकते थे मैं ही कट बोलने से यकीन रखता हुआ क्या है आज तुम्हें सॉरी यार अच्छा तुमने अभी तक ये बताया नहीं तुम लाइफ में करना क्या चाहते हो मैं जी सीएम बनूंगा यार बस भी करो प्लीज सीरियस हो जाओ ओके बीए कर लीजिए हुन एमए करूं इंग्लिश दी उससे आगे फिर यूजीसी का एग्जाम दे के लेक्चरर इसे बोलने दो पहले एमए तो हो जाए जी फिर देखांगे ऐसी प्लानिंग है तुम्हारी रिजल्ट तो आने दो फिर देखते हैं अच्छा सोनिया को कहाँ रखोगे डैड लेकिन क्यों क्यों क्या बेटा इतना नॉन सीरियस इसको खुद नहीं पता जिंदगी में करना क्या है जिद्दां दा मर्जी आ मैं इत्थों बाद इहनूं कोई प्यार नहीं कर सकदा प्यार से जिंदगी नहीं कटती जमीन जायदाद वाले बंदे आ भुखी नहीं मरदी इसमें तुम्हारा क्या है ये सब तुम्हारे डैड की है इक्को ही जाना मेरे कोले उही सोनिया च है होर मेरे कोले कुछ नहीं इतना नॉन सीरियस इसको ये नहीं पता कि लाइफ में करना क्या है बेटा ये शादी नहीं हो सकती चलो हाथ छोड़ो इसका
मैंने कहा हाथ छोड़ो इसका, मैंने कहा हाथ छोड़ो इसका। ये कह दे छोड़ दूं? इससे कहो कि हाथ छोड़े तुम्हारा। हाथ छोड़ो मेरा, मैंने कहा हाथ छोड़ो मेरा, मैंने कहा हाथ छोड़ो मेरा। आप भी जानी साथों होया केड़ा गुना भीबा तेरे हाथ डोर नसीबां दी सानू पासी वे आदे रा भीबा तेरे हाथ डोर नसीबां दी सानू पासी वे आदे रा भीबा। हाँ हाँ ठीक है ओके। भाई चंडीगढ़ फोन आया, पेश होना पऊ। ओ यार मेरा तो पिंदे कोल जाना भी जरूरी है। किहड़े केस च? भाई शंकर कुटिया सी आपां। ओ होना यार शंकर केड़ा है? भाई तेरा नौ भी है, 26 दा परचा सी, कह कहा के 30-24 दा कराया। उस चवल दी हिम्मत ता देखो, मेरे घरे आके मेरी जनानी नू अवा तवा बोल गया। जनाब छोटा मूँह वड्डी गल, MLA साहब ने उसनू सिर ते चढ़ाया होया, हुण देखियो जदों बराबर खड़ा हो गया। जे मैं जड़ लौनी जानदा तां पटनी भी जानदा। फिर उड़ीकदे की है? SHO साहब जिथे इन्ने तौर ते एक होर सही। MLA साहब तौर तां देंगे पर ਤੁਸੀਂ ਸਾਂਭਣ ਵਾਲੇ ਬਣਿਓ। ਤੁਸੀਂ ਕੰਮ ਹੋਇਆ ਸਮਝੋ। ਬੋਲੋ ਕੁਛ। ਉਹ ਡਰਦੇ ਕਿਉਂ? गांधी है कोई रब ता नहीं? जनाब कले गांधी का काम करके नहीं सरना, ये तो पूरे का पूरा ग्रुप खत्म करना पऊ। ओए शुरू तो एक तो ही करोगे कि नहीं? ओ जे तुसी उन्हें छड़ता ना तो मैं नहीं थोनू छड़ना। अफीम दे पुक्की दे चिट्टे दे ते कतल दे केस विच फसाऊ मैं थोनू। मैनू गांधी चाहिए गांधी। जनाब तुसी उन्हें ही फसा दो जी। ओह हुण तू मैनू दसेगा कि की करना है? खड़कुवाद नहीं गया नहीं तो उन्हें सानू तो कदे कुछ कहा नहीं जी। ओए मैं कह रहा थोनू पुलिस थोड़े नाल है, सरकार थोड़े नाल है, बंदे थोड़े कोल है, फिर भी इन्ना डर गांधी तो? घट्टो घट 1000 मुंडा जी उहदे नाल, जे कहे ना ता सारा खन्ना शहर एक मिनट च बंद कर देंगे। वो है कि ओदे च इहो जा है? जनाब गांधी कदे ना ता किसे नू करदा नहीं। ओए तू बड़ियां तरीफां करदा ओदियां, अगला कम तेरा ही करना पऊ।
ਮੈਨੂੰ ਪਲ ਪਲ ਦੀ ਖਬਰ ਚਾਹੀਦੀ ਹੈ ਕਿ ਗਾਂਧੀ ਕਿੱਥੇ ਹੈ। ਸਾਰੇ ਏਰੀਏ ਦੇ ਮੁੱਖ ਪਰ ਚੋਰ, ਬਦਮਾਸ਼, ਪੁਲਿਸ ਤੇ ਸਰਕਾਰ ਰਲ ਕੇ ਇੱਕ ਬੰਦੇ ਤੇ ਕਾਬੂ ਨਹੀਂ ਪਾ ਸਕਦੀ। ਲਾਹਨਤ ਹੈ ਫਿਰ ਤਾਂ। ਕੋਈ ਗੱਲ ਨਹੀਂ ਜੀ, ਵਿਛਾ ਦਿੰਦੇ ਫਿਰ ਜਾਲ। ਮੇਰੀ ਇੱਕ ਗੱਲ ਸੁਣ ਧਿਆਨ ਨਾਲ, ਤੇਰਾ ਕੰਮ ਕਰਨ ਨੂੰ ਫਿਰਦੇ ਨੇ, ਆਪਣਾ ਖਿਆਲ ਰੱਖ। ਉਹ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਹੈ। ਉਹ ਯਾਰ, ਐਡੀ ਦਲੇਰੀ ਚੰਗੀ ਨਹੀਂ ਹੁੰਦੀ। ਰੱਬ 'ਤੇ ਯਕੀਨ ਹੀ ਹੈ ਨਾ ਆਪਾਂ ਨੂੰ। ਅਸੀਂ ਜ਼ਮਾਨਤ ਕਰਾ ਲਈ, ਮੈਂ ਬਾਹਰ ਜਾ ਕੇ ਦੇਖਦਾ ਮਾਮਲਾ ਕੀ ਹੈ, ਤੂੰ ਬਸ 10 ਕੁ ਦਿਨ ਟਲ ਜਾ। ਉਹ ਮੰਨ ਲਾ ਬਾਈ, ਸਹੀ ਗੱਲ ਕਹਿੰਦਾ ਇਹ, ਧਿਆਨ ਰੱਖ। ਕੱਲ ਨੂੰ ਜ਼ਮਾਨਤ ਕਰਾਓ ਮੇਰੀ। ਕੋਈ ਨਹੀਂ, ਲਾਉਣੇ ਆ ਜਗਾੜ ਕੋਈ। ਠੀਕ ਹੈ। ਸਤਿ ਸ਼੍ਰੀ ਅਕਾਲ ਭਾਅ ਜੀ। ਉਹ ਕਿਵੇਂ ਰਣਜੀਤ? ਵਧੀਆ ਭਾਅ ਜੀ। ਹੋਰ ਰਣਜੀਤ ਕਿਵੇਂ ਆ, ਘਰ ਪਰਿਵਾਰ? ਵਧੀਆ ਭਾਅ ਜੀ। ਗਾਂਧੀ ਜੀ, ਆਹ ਬਾਪੂ ਜੀ ਨਾਲੋਂ ਬਾਤਾਂ, ਮੈਂ ਜੇਲ੍ਹ 'ਚ ਰਹਿ ਗਿਆ, ਮੇਰੀ ਫੋਟੋ ਕਦ ਲਾਉਣੀ ਆ ਇੱਥੇ? ਭਾਅ ਜੀ ਮੇਰਾ ਬਸ ਚੱਲੇ ਤਾਂ ਅੱਜ ਹੀ ਲਾ ਦਾਂ। ਆਹ ਸਾਈਨ ਕਰੋ ਭਾਅ ਜੀ। ਆ ਲੈ, ਬਾਕੀ ਆਪ ਹੀ ਭਰੀ ਜਾਈ। ਚੰਗਾ, ਮਿਲਦੇ ਹਾਂ ਫਿਰ। ਚੰਗਾ ਭਾਅ ਜੀ। ਹੈਲੋ, ਹੁਣੀ ਨਿਕਲਿਆ ਜੀ ਇੱਥੋਂ। ਅੱਛਾ ਜੀ, ਭਿੰਦਾ ਜ਼ਮਾਨਤ ਕਰਾਉਣ ਆਇਆ ਸੀ। ਠੀਕ ਆ ਜੀ। ਭਿੰਦੇ ਦੇ ਘਰ ਦੇ ਆਲੇ ਦੁਆਲੇ ਪਹਿਰਾ ਦਿਓ, ਥੋੜ੍ਹੇ ਜਿਹੇ ਫਰਕ ਨਾਲ। ਜਿੱਦਣ ਅਸੀਂ ਉਹਦੀ ਜ਼ਮਾਨਤ ਕਰਾ ਕੇ ਲਿਆਏ, ਉਹ ਤੋਂ ਅਗਲੇ ਦਿਨ ਉਹਨੇ ਸਮਝੌਤੇ 'ਤੇ ਜਾਣਾ ਸੀ ਅਤੇ ਉਹ ਸਾਨੂੰ ਬਿਨਾਂ ਦੱਸੇ ਹੀ ਚਲਿਆ ਗਿਆ। ਉਹਨੂੰ ਕੀ ਪਤਾ ਸੀ ਕਿ ਅੱਗੇ ਉਹਦਾ ਹੁਣ ਹੀ ਇੰਤਜ਼ਾਰ ਕਰ ਰਹੀ ਹੈ।
ਜਿੱਥੇ ਸੰਗੀਆਂ ਦੇ ਲਈ ਦਾਤ ਹੈ ਤੇ ਮੁੱਚੜਾਂ ਦੇ ਹੱਥ